पंजाबी नैशनल टीवी देख रहे सारे दर्शकों का प्रोग्राम गलबात बहुत बहुत स्वागत है सारों मेरे वालों जाने गुरचरण थिंद वालों प्यार भरी सत श्री अकाल नमस्कार आदाब। आप गलबात प्रोग्राम के हमेशा किसी विशेष शख्सियत के नाल गलबात की सांझ पाने। आज मैं दसद बड़ी खुशी हो रही है कि साढ़े नाल एक बहुत ही विशेष शख्सियत गलबात प्रोग्राम शामिल हो जा रही है जिन्हों मैं अगर गिद्या की राणी कह देव तो जिन्हों मैं ये कह देव कि कैलगरी विच सब तो पहली औरत गिद्या की राणी बनने वाली जिहड़ी नरेंद्र गिल शामिल हो रही है। नरेंद्र गिल कदों आए कितों आए किवें आए ये अपने मूँह दसणगे पर पहलों आप उन्होंने स्वागत करते हैं। नरेंद्र तुहाडा प्रोग्राम गलबात विच बहुत बहुत स्वागत है। बहुत बहुत शुक्रिया गुरचरण थिंद जी ते थोड़ा प्रोग्राम गलबात दा दे विच शामिल हो के मैनू अपने आप नू बहुत खुशी महसूस हो रही है कि अज सानू खुल के गल्लां करन दा जिहड़ा ओह मौका मिलूगा। बिल्कुल तुसीं धमाला पाउंदे हो अड्डियां नच्चण वाले दे उठा दिंदे हो ते अज गल्लां बातां नाल अपने दर्शकां नू बिल्कुल सरशार कर लैंदे आ। बिल्कुल नरेंद्र तुसीं मैनू बड़ी खुशी हुंदी है कि कैलगरी दे विच तुहाडी को एक संस्था है जां तुसीं आप ही एक संस्था हो अपना जिहड़ा कैलगरी गिद्धा एंड डांस अकैडमी हाँ जी सो उन्होंने चलाउंदे ने कल्ली अपने आप ही भजाई फिरदी आ सारा कुछ। नरेंद्र तुहाडा इस तो पहला कि असीं पछोकड़ जाणीए जरा कि मैनूं इह जरूर दस दिओ ਵੀ ਤੁਹਾਨੂੰ ਗਿੱਧਿਆਂ ਦਾ ਸ਼ੁਰੂ ਤੋਂ ਸ਼ੌਕ ਸੀ ਬਚਪਨ ਤੋਂ ਹੀ ਨਿੱਕੇ ਹੁੰਦੇ ਨੱਚਦੇ ਹੁੰਦੇ ਸੀ ਸੋਹਣਾ ਜਿਹਾ ਸੂਟ ਪਾ ਕੇ। ਬਿਲਕੁਲ ਗੁਰਚਰਨ ਜੀ ਜਿਹੜਾ ਗਿੱਧਾ ਹੈ ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਿਹੜਾ ਮੈਨੂੰ ਗਿੱਧੇ ਦੀ ਜਿਹੜੀ ਚੇਟਕ ਲੱਗੀ ਹੈ ਉਹ ਗੁੜਤੀ 'ਚੋਂ ਹੀ ਲੱਗੀ ਹੈ ਗਿੱਧੇ ਦੀ ਹੈ ਨਾ। ਅੱਛਾ ਅਤੇ ਸ਼ੁਰੂ ਤੋਂ ਜਿਵੇਂ ਛੋਟੇ ਹੁੰਦੇ ਤੋਂ ਬਚਪਨ ਤੋਂ ਹੀ ਉਹ ਚੀਜ਼ ਤੁਹਾਡੇ ਅੰਦਰ ਹੁੰਦੀ ਹੈ ਤੁਹਾਨੂੰ ਸ਼ੌਂਕ ਹੁੰਦਾ ਹੈ ਗਿੱਧੇ ਦਾ ਅਤੇ ਉਹ ਜਿਹੜਾ ਗਿੱਧਾ ਆ ਉਹ ਸ਼ੁਰੂ ਤੋਂ ਹੀ ਛੋਟੇ ਹੁੰਦੇ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀਗੇ ਅਤੇ ਆਪਦੇ ਮਦਰ ਦੇ ਨਾਲ ਜਾਂਦੇ ਸੀਗੇ ਲੇਡੀ ਸੰਗੀਤ 'ਤੇ ਜਾਂ ਛੋਟੇ ਛੋਟੇ ਹੁੰਦੇ ਸੀ ਤਾਂ ਹੁਣ ਤਾਂ ਕਿੱਥੇ ਉਹੋ ਜਿਹੀਆਂ ਤੀਆਂ ਲੱਗਦੀਆਂ ਨੇ ਜਦੋਂ ਉਦੋਂ ਛੋਟੇ ਹੁੰਦੇ ਖੁੱਲੀਆਂ ਤੀਆਂ ਲੱਗਦੀਆਂ ਸੀ ਖੁੱਲ੍ਹ ਡੁੱਲ੍ਹ ਕੇ ਅਤੇ ਉਦੋਂ ਇੱਕ ਗਿੱਧੇ ਦਾ ਜਿਹੜਾ ਚਾਅ ਸੀਗਾ ਨਾ ਉਹ ਬਚਪਨ ਤੋਂ ਹੀ ਸੀਗਾ ਅਤੇ ਉਹ ਜਿਹੜਾ ਬਚਪਨ ਦਾ ਚਾਅ ਸੀਗਾ ਹੌਲੀ ਹੌਲੀ ਵੱਡੇ ਹੋ ਕੇ ਸਟੇਜੀ ਪੱਧਰ 'ਤੇ ਪਹੁੰਚਿਆ ਅਤੇ ਉਹਦੇ ਨਾਲ ਨਾਲ ਜਿਹੜਾ ਇਹ ਗਿੱਧਾ ਸੀਗਾ ਇੱਕ ਪ੍ਰੋਫੈਸ਼ਨ ਦੇ ਤੌਰ 'ਤੇ ਇੱਕ ਰੋਜ਼ੀ ਰੋਟੀ ਦਾ ਜ਼ਰੀਆ ਵੀ ਬਣ ਗਿਆ। ਰੋਜ਼ੀ ਰੋਟੀ ਦਾ ਜ਼ਰੀਆ ਵੀ ਗਿੱਧਾ ਬਣ ਗਿਆ ਗਿੱਧਾ ਬਣ ਗਿਆ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਮੰਗ ਅਤੇ ਔਰਤਾਂ ਜਿਹੜੀਆਂ ਨੇ ਜਦੋਂ ਬੋਲੀਆਂ ਪਾ ਕੇ ਸ਼ੁਰੂ ਹੁੰਦੀਆਂ ਨੇ ਬੋਲੀਆਂ ਪਾਉਣੀਆਂ ਜੀ ਹਰ ਇੱਕ ਦੀ ਅੱਡੀ ਜਿਹੜੀ ਉੱਠ ਪੈਂਦੀ ਆ ਜੀ। ਨਰਿੰਦਰ ਪੰਜਾਬ ਦੇ ਵਿੱਚ ਕਿੱਥੇ ਤੁਸੀਂ ਗਿੱਧਾ ਪਾਉਣਾ ਸ਼ੁਰੂ ਕੀਤਾ ਸੀ ਘਰ ਦੀਆਂ ਕਿਹੜੀਆਂ ਕਹਿ ਲਓ ਉਹ ਚੁਗਾਠਾਂ ਸੀਗੀਆਂ ਘਰ ਦਾ ਕਿਹੜਾ ਵਿਹੜਾ ਸੀ ਜਿਹਦੇ ਵਿੱਚ ਨਰਿੰਦਰ ਦੀ ਅੱਡੀ ਜਿਹੜੀ ਹੈ ਉਹ ਪਹਿਲੀ ਵਾਰੀ ਚੱਕੀ ਗਈ ਸੀ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲੀ ਵਾਰੀ ਤਾਂ ਮੈਂ ਇਹੀ ਕਹੂੰਗੀ ਕਿ ਜਦੋਂ ਆਪਾਂ ਆਪਣੇ ਖੁੱਲ੍ਹੇ ਡੁੱਲੇ ਆਪਣੇ ਮਾਵਾਂ ਨਾਲ ਚਾਚੀਆਂ ਨਾਲ ਤਾਈਆਂ ਨਾਲ ਛੋਟੇ ਹੁੰਦੇ ਜਿਹੜੇ ਪਿੰਡ ਦਾ ਮੈਂ ਕਹੂੰਗੀ ਮੇਰੇ ਬਾਬਲ ਦਾ ਵਿਹੜਾ ਸੀਗਾ ਜਿੱਥੇ ਅਸੀਂ ਇੱਕ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਉਹ ਗਿੱਧੇ ਦੀ ਅੱਡੀ ਜਿਹੜੀ ਸੀਗੀ ਉਹ ਪਤਾ ਤੁਸੀਂ ਮਾਰਨੀ ਸਿੱਖੀ ਮੇਰੇ ਵਾਲੇ ਪਾਸੇ ਦੇ ਮਾਰਦੇ ਹੋ। ਸੋ ਉਹਨਾਂ ਟਾਈਮਾਂ ਦੇ ਵਿੱਚ ਜਿਵੇਂ ਕਹਿ ਲਓ ਕਿ ਬਹੁਤ ਆਪਣਾ ਜਿਹੜਾ ਕਲਚਰ ਹੈ ਹੁਣ ਜਿਵੇਂ ਡੇ ਬਾਏ ਡੇ ਚੇਂਜ ਹੁੰਦਾ ਜਾ ਰਿਹਾ ਇਵੈਂਚੁਅਲੀ ਚੇਂਜ ਆਉਂਦੀ ਹੈ ਹਰੇਕ ਚੀਜ਼ ਦੇ ਵਿੱਚ ਹੈ ਨਾ ਅਤੇ ਉਹਨਾਂ ਟਾਈਮਾਂ ਵਿੱਚ ਤੁਹਾਨੂੰ ਵੀ ਪਤਾ ਕਿ ਕਿਵੇਂ ਲੇਡੀ ਸੰਗੀਤ ਜਿਹੜਾ ਬਹੁਤ ਡਿਫਰੈਂਟ ਸਟਾਈਲ ਦਾ ਹੁੰਦਾ ਸੀਗਾ ਹੁਣ ਅੱਜ ਦਾ ਜਿਹੜਾ ਲੇਡੀ ਸੰਗੀਤ ਆ ਉਹ ਇੱਕ ਜਾਗੋ ਦੇ ਕਨਸੈਪਟ ਦੇ ਵਿੱਚ ਵੱਡੇ ਪੱਧਰ 'ਤੇ ਸ਼ੁਰੂ ਕਿੱਦਾਂ ਕਿਵੇਂ ਕਰਨਾ ਖਤਮ ਕਿਵੇਂ ਕਰਨਾ ਉਹ ਇੱਕ ਨੈਚੁਰਲ ਹੁੰਦਾ ਸੀਗਾ ਜਿਵੇਂ ਨਰਿੰਦਰ ਨੇ ਗਿੱਧਾ ਜਿਹੜਾ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਜਿਹੜਾ ਹੈ ਆਪਣੇ ਬਾਬਲ ਦੇ ਵਿਹੜੇ ਦੇ ਵਿੱਚ ਛੋਟੇ ਹੁੰਦੇ ਆ ਨਿੱਕੀ ਜਿਹੀ ਅੱਡੀ ਜਿਹੜੀ ਹੈ ਉਹ ਚੁੱਕ ਕੇ ਸ਼ੁਰੂ ਕੀਤਾ ਅਤੇ ਫਿਰ ਨਰਿੰਦਰ ਜਿਹੜੀ ਹੈ ਉਹ ਕਾਲਜਾਂ ਅਤੇ ਸਕੂਲਾਂ ਦੇ ਵਿੱਚ ਗਿੱਧਾ ਕਰਾਉਂਦੀ ਰਹੀ। ਆ ਥੋੜ੍ਹਾ ਜਿਹਾ ਆਪਣਾ ਪਿਛੋਕੜ ਦੱਸ ਦਿਓ ਕਿਹੜੇ ਕਾਲਜ ਤੋਂ ਪੜ੍ਹੇ ਅਤੇ ਕਿੱਥੇ ਤੁਸੀਂ ਗਿੱਧੇ ਦੀ ਸ਼ੁਰੂਆਤ ਕਰ ਲਈ ਐਜ਼ ਏ ਸਟੇਜੀ ਗਿੱਧਾ ਜਿਵੇਂ ਅਸੀਂ ਕਹਿੰਦੇ ਹਾਂ। ਗੁਰਚਰਨ ਜੀ ਬਹੁਤ ਬਹੁਤ ਥੈਂਕਸ। ਸੋ ਜਿੱਥੇ ਜੇ ਆਪਾਂ ਸ਼ੁਰੂਆਤ ਕਰੀਏ ਗਿੱਧੇ ਦੇ ਹੀ ਆਪਾਂ ਇੱਕ ਫੋਕਸ ਕਰਦੇ ਹਾਂ ਕਿ ਆਪਾਂ ਆਪਣੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ ਅਤੇ ਜੇ ਸਟੇਜੀ ਪੱਧਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੌਕਾ ਜਿਵੇਂ ਆਪਾਂ ਨੂੰ ਸਕੂਲਾਂ 'ਚ ਮਿਲਦਾ ਜੀ ਸੋ ਸਕੂਲਾਂ 'ਚ ਛੋਟੇ ਛੋਟੇ ਮੁਕਾਬਲੇ ਹੁੰਦੇ ਆ ਗਿੱਧੇ ਦੇ ਸੋ ਉਹਨਾਂ 'ਚ ਭਾਗ ਲੈਣ ਦਾ ਹਿੱਸਾ ਮਿਲਿਆ ਅਤੇ ਭਾਵੇਂ ਕਈ ਵਾਰੀ ਇੱਦਾਂ ਹੁੰਦਾ ਕਿ ਸਾਡੇ ਪਰਿਵਾਰ ਦੀਆਂ ਜਾਂ ਸਮਾਜ ਦੀਆਂ ਕਈ ਵਾਰੀ ਇੱਦਾਂ ਦੀਆਂ ਹੁੰਦੀਆਂ ਨੇ ਬੰਦਿਸ਼ਾਂ ਕਿ ਤੁਹਾਨੂੰ ਖੁੱਲ੍ਹ ਕੇ ਨਹੀਂ ਅਲਾਓ
ਕੀਤਾ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਆਪਣਾ ਨਾਮ ਜਿਹੜਾ ਉਹਦੇ ਚ ਦਰਜ ਕਰਵਾ ਦਿੰਨੇ ਆ ਰਾਈਟ ਬਿਲਕੁਲ ਇਹ ਵਾਲੀ ਜਿਹੜੀ ਚੀਜ਼ ਨਰਿੰਦਰ ਨੇ ਕਹੀ ਹੈ ਸੋ ਕਿ ਸਾਡੀਆਂ ਜਿਹੜੀਆਂ ਕੁਛ ਇੱਕ ਬੰਦਸ਼ਾਂ ਨੇ ਉਹ ਤੁਹਾਨੂੰ ਅਲਾਉ ਨਹੀਂ ਕਰਦੀਆਂ ਇਹ ਸਾਡੇ ਨਾਲ ਵੀ ਵਾਪਰਿਆ ਕਿਉਂਕਿ ਸਾਡੇ ਵਿੱਚ ਵੀ ਕਿੱਦੇ ਦਾ ਨਾਮ ਲੈਣਾ ਹੀ ਔਖਾ ਹੁੰਦਾ ਸੀ ਪਰ ਐਨੀ ਹਾਓ ਤੁਸੀਂ ਕਿਵੇਂ ਫਿਰ ਇਹਦੇ ਵਿੱਚੋਂ ਬਾਹਰ ਨਿਕਲੇ ਕਿਹੜੀ ਕਲਾਸ 'ਚ ਸੀਗੇ ਪਰ ਕਿਤੇ ਕਿਤੇ ਮੈਨੂੰ ਗੁਰਚਰਨ ਜੀ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਕਿ ਗਿੱਧੇ ਦਾ ਨਾਮ ਲੈਣਾ ਔਖਾ ਸੀ ਗਿੱਧਾ ਇੱਕ ਇਹੋ ਜੀ ਚੀਜ਼ ਹੈ ਇੱਕ ਆਪਣਾ ਇਹੋ ਜਿਹਾ ਨਾਚ ਹੈ ਜਿਹਦੇ ਬਿਨਾਂ ਮੈਨੂੰ ਐਂ ਲੱਗਦਾ ਕਿ ਕੋਈ ਵੀ ਜਿਹੜਾ ਆਪਣਾ ਫੰਕਸ਼ਨ ਹੈ ਜਾਂ ਕੋਈ ਵੀ ਪ੍ਰੋਗਰਾਮ ਹੈ ਉਹ ਸੰਪੂਰਨ ਨਹੀਂ ਹੁੰਦਾ ਜਿੰਨੀ ਦੇਰ ਤੱਕ ਗਿੱਧਾ ਨਹੀਂ ਹੁੰਦਾ ਆਪਾਂ ਵਿਆਹ ਸ਼ੁਰੂ ਕਰਦੇ ਆ ਨਾ ਹਾਂਜੀ ਪਿੰਡਾਂ ਦੇ ਵਿੱਚ ਚਲੋ ਤੀਆਂ ਦੀ ਤਾਂ ਗੱਲ ਤੁਸੀਂ ਛੱਡ ਦਿਓ ਆਪਾਂ ਜਦੋਂ ਵਿਆਹ ਸ਼ਾਦੀ ਸ਼ੁਰੂ ਕਰਦੇ ਆ ਤੇ ਉਹ ਗੀਤਾਂ ਨਾਲ ਹੀ ਸ਼ੁਰੂ ਹੁੰਦਾ ਮਾਹੌਲ ਚੇਂਜ ਹੋ ਜਾਂਦਾ ਮਾਹੌਲ ਚੇਂਜ ਹੋ ਜਾਂਦਾ ਕਿ ਗਿੱਧੇ ਨੂੰ ਨਿੱਕੇ ਨਿੱਕੀ ਜਿਹੜੀ ਰਸਮ ਆ ਉਹਦੇ ਵਿੱਚ ਗੀਤ ਨੇ ਨਿੱਕੀ ਨਿੱਕੀ ਰਸਮ ਦੇ ਨਾਲ ਕਿੱਦਾਂ ਜੁੜਿਆ ਹੋਇਆ ਹੈ ਬਿਲਕੁਲ ਸੋ ਗਿੱਧੇ ਦਾ ਜਿਹੜਾ ਹੈਗਾ ਉਹ ਜਿਵੇਂ ਆਪਾਂ ਕਹਿੰਦੇ ਨਾ ਗਿੱਧੇ ਨੂੰ ਲੋੜਾ ਆਉਂਦਾ ਏ ਤੇ ਰੂਪੇ ਲਾਹੀ ਖਿੜਦਾ ਏ ਰਾਈਟ ਸੋ ਉਹਦੇ ਵਿੱਚ ਕੀ ਹੈ ਕਿ ਰਾਤ ਚਾਨਣੀ ਖਿੜਦੀ ਏ ਗਿੱਧੇ ਨੂੰ ਲੋੜਾ ਆਉਂਦਾ ਏ ਰੂਪ ਲਾਹੀ ਖਿੜਦਾ ਏ ਸੋ ਕੋਈ ਵੀ ਫੰਕਸ਼ਨ ਹੈ ਕਿਸੇ ਵੀ ਤਰ੍ਹਾਂ ਦਾ ਮਾਹੌਲ ਹੈ ਉਹਦੇ ਵਿੱਚ ਜਦੋਂ ਗਿੱਧਾ ਆ ਜਾਂਦਾ ਹੈ ਤੇ ਉਹ ਇੱਕ ਆਪਣਾ ਅਨਿੱਖਣਵਾਂ ਰੂਪ ਲੈ ਲੈਂਦਾ ਹੈ ਤੇ ਇਹਦੇ ਨਾਲ ਹੀ ਜਿਵੇਂ ਆਪਾਂ ਜੇ ਸਟੇਜੀ ਗਿੱਧੇ ਦੀ ਗੱਲ ਕਰੀਏ ਸਕੂਲਾਂ ਤੋਂ ਬਾਅਦ ਕਿਹੜੀ ਜਮਾਤ ਦੇ ਵਿੱਚ ਜਿਹੜਾ ਸੀਗਾ ਚਾਹੇ ਘਰ ਦੇ ਨਹੀਂ ਸੀ ਚਾਹੁੰਦੇ ਤੁਸੀਂ ਨਾਲ ਖਾ ਲਿਆ ਉਦੋਂ ਕਿਹੜੀ ਜਮਾਤ ਸੀ 6ਵੀਂ 7ਵੀਂ 8ਵੀਂ 9ਵੀਂ 10ਵੀਂ ਕੋਈ ਤਾਂ ਹੋਊਗਾ ਜਿਵੇਂ ਮੈਂ ਕਹਿ ਸਕਦੀ ਹਾਂ ਕਿ 11ਵੀਂ ਕਲਾਸ ਦੇ ਵਿੱਚ ਅੱਛਾ 11ਵੀਂ ਦੇ ਵਿੱਚ ਉਦੋਂ ਤਾਂ ਫਿਰ ਬਾਪੂ ਨੇ ਰੋਕਣਾ ਹੀ ਸੀ ਹਾਂਜੀ ਸੋ ਕਿਉਂਕਿ ਉਸ ਤੋਂ ਪਹਿਲਾਂ ਕਦੇ ਸਾਨੂੰ ਜ਼ਿਆਦਾ ਸਟੇਜਾਂ 'ਤੇ ਕਦੇ ਮੌਕਾ ਨਹੀਂ ਮਿਲਿਆ ਸੀਗਾ ਗਿੱਧਾ ਪਾਉਣ ਦਾ ਹਾਂਜੀ ਸੋ ਉਸ ਤੋਂ ਬਾਅਦ ਜਦੋਂ ਅਸੀਂ ਉਦੋਂ ਜਿਵੇਂ ਇੱਕ ਮੇਰੀ ਜਿਹੜੀ ਪਹਿਲਾਂ ਤਾਂ ਸਾਡਾ ਪਿੰਡ ਵਾਲਾ ਸਕੂਲ ਸੀਗਾ ਕੀ ਨਾਮ ਆਪਣੇ ਪਿੰਡ ਦਾ ਪਿੰਡ ਦਰਗਾਬਾਦ ਜ਼ਿਲ੍ਹਾ ਗੁਰਦਾਸਪੁਰ ਸੋ ਉਸ ਪਿੰਡ ਦੇ ਵਿੱਚ ਅਸੀਂ ਜਿਵੇਂ 10ਵੀਂ ਕਲਾਸ ਜਿਹੜੀ ਆ ਉਹ ਪਾਸ ਕੀਤੀ ਆ ਪਰ ਉੱਥੇ ਇੱਦਾਂ ਦਾ ਕੋਈ ਇੱਦਾਂ ਦਾ ਮਾਹੌਲ ਨਹੀਂ ਹੁੰਦਾ ਸੀਗਾ ਕਿ ਜਿੱਥੇ ਆਪਾਂ ਕਹੀਏ ਕਿ ਆਪਾਂ ਨੂੰ ਸਟੇਜਾਂ 'ਤੇ ਗਿੱਧੇ ਪਾਉਣ ਦਾ ਜਿਹੜਾ ਆ ਉਹ ਅਫਸਰ ਮਿਲਦਾ ਤੇ ਉਸ ਤੋਂ ਬਾਅਦ ਜਿਵੇਂ ਕਹਿ ਲਓ ਜਦੋਂ ਅਸੀਂ ਪਿੰਡ ਤੋਂ ਬਾਹਰ ਨਿਕਲੇ ਹਾਂ ਸੀਨੀਅਰ ਸੈਕੰਡਰੀ ਸਕੂਲ 'ਚ ਗਏ ਸੋ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਾ ਕੇ ਉੱਥੇ ਮੈਨੂੰ ਮੌਕਾ ਮਿਲਿਆ ਪਹਿਲੀ ਵਾਰੀ ਕਿ ਮੈਂ ਆਪਣਾ ਜਿਹੜਾ ਗਿੱਧਾ ਜਿਹੜਾ ਸੀਗਾ ਉਹਨੂੰ ਆਪਣੇ ਚਾਅ ਦੇ ਨਾਲ ਪਰਫੋਰਮ ਕੀਤਾ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਮੌਕਾ ਮਿਲਿਆ ਜਦੋਂ ਅਸੀਂ ਖਾਲਸਾ ਕਾਲਜ 'ਚ ਆਏ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਸੋ ਉੱਥੇ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਆਏ ਤੇ ਉੱਥੇ ਆ ਕੇ ਫਿਰ ਸਾਨੂੰ ਜਿਹੜਾ ਸੀਗਾ ਇੱਕ ਚੰਗੀ ਟ੍ਰੇਨਿੰਗ ਜਿਹੜੀ ਆ ਉਹ ਵੀ ਮਿਲੀ ਤੇ ਉਹਦੇ ਨਾਲ ਨਾਲ ਵੱਖ ਵੱਖ ਮਤਲਬ ਜਿਵੇਂ ਮੌਕਿਆਂ 'ਤੇ ਸਟੇਜੀ ਪੱਧਰ 'ਤੇ ਗਿੱਧਾ ਜਿਹੜਾ ਉਹਨੂੰ ਪਰਫੋਰਮ ਕਰਨ ਦਾ ਮੌਕਾ ਮਿਲਿਆ ਤੇ ਉਹਦੇ ਨਾਲ ਨਾਲ ਫਿਰ ਇੱਕ ਜਿਵੇਂ ਇੱਕ ਗਿੱਧੇ ਦੀ ਜਿਹੜੀ ਚੇਟਕ ਹੈ ਉਹ ਹੋਰ ਵੱਧਦੀ ਗਈ ਪੜ੍ਹਾਈ ਦੇ ਨਾਲ ਨਾਲ ਇੱਕ ਘਰ ਵੱਲੋਂ ਪੂਰੀ ਇੰਸਟਰਕਸ਼ਨ ਹੁੰਦੀ ਸੀਗੀ ਕਿ ਪੜ੍ਹਾਈ ਦਾ ਪੂਰਾ ਬੈਲੈਂਸ ਹੋਣਾ ਚਾਹੀਦਾ ਨਾਲ ਨਾਲ ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਬਿਲਕੁਲ ਜੀ ਹੋਸਟਲ 'ਚ ਹਾਂਜੀ ਮੈਂ ਖਾਲਸਾ ਕਾਲਜ ਜਿਵੇਂ ਖਾਲਸਾ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਹਾਂ ਤੇ ਖਾਲਸਾ ਕਾਲਜ ਫਾਰ ਐਜੂਕੇਸ਼ਨ ਜਿਹੜਾ ਉੱਥੋਂ ਮੈਂ ਬੀਐਡ ਕੀਤੀ ਹੈ ਪਰ ਨੱਚੀ ਨਹੀਂ ਸਕਦੀ ਪਰ ਤੁਹਾਨੂੰ ਯਾਦ ਹੈ ਨਰਿੰਦਰ ਪਰ ਤੁਹਾਨੂੰ ਦੇਖ ਕੇ ਨਹੀਂ ਲੱਗਦਾ ਹਾਂ ਮੈਂ ਦੱਸਣ ਲੱਗੀ ਹਾਂ ਮੈਂ ਗਵਰਨਮੈਂਟ ਕਾਲਜ ਅੰਮ੍ਰਿਤਸਰ ਪੜ੍ਹਦੇ ਸੀਗੇ ਤੇ ਗਵਰਨਮੈਂਟ ਕਾਲਜ ਅੰਮ੍ਰਿਤਸਰ ਪੜ੍ਹਦੇ ਹੋਸਟਲ 'ਚ ਰਹਿੰਦੇ ਸੀ ਤੇ ਮੈਨੂੰ ਯਾਦ ਹੈ ਨਾ ਇੱਕ ਵਾਰੀ ਫੰਕਸ਼ਨ ਸੀਗਾ ਆਪਣੇ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਣਾ ਦਾ ਜੀ ਤੇ ਉਹਦੇ ਵਿੱਚ ਗੁਰਸ਼ਰਨ ਸਿੰਘ ਹੁਣੇ ਵੀ ਆਏ ਸੀਗੇ ਉਹਨਾਂ ਨੇ ਇੱਕ ਗੁਰੂ ਕੀ ਰਾਮ ਆਸ਼ਰਮ ਕੋਈ ਸਕੂਲ ਹੈ ਹੁਣ ਮੈਨੂੰ ਦਿਮਾਗ 'ਚੋਂ ਨਿਕਲ ਗਿਆ ਤੇ ਉਹਦੇ ਵਿੱਚ ਫੰਕਸ਼ਨ ਸੀ ਤੇ ਅਸੀਂ ਹੋਸਟਲ ਵਾਲੀਆਂ ਰਾਤ ਨੂੰ ਫਿਰ ਉਹਨਾਂ ਕਿਹਾ ਕਿ ਇਹਨਾਂ ਨੂੰ ਤੇ ਅਸੀਂ ਲਿਜਾ ਸਕਦੇ ਹਾਂ ਤੇ ਮੈਡਮ ਕਲਪਣਾ ਹੁੰਦੇ ਸੀ ਸਾਡੇ ਕੁਲਦੀਪ ਕਲਪਣਾ ਉਹਨਾਂ ਨੇ ਸਾਨੂੰ ਗਿੱਧਾ ਮੈਂ ਉਸ ਟੀਮ 'ਚ ਸ਼ਾਮਿਲ ਹੋ ਗਈ ਸੋ ਉਹ ਮੇਰੀ ਪਹਿਲੀ ਤੇ ਆਖਰੀ ਵਾਰੀ ਸੀ ਪਹਿਲੀ ਤੇ ਆਖਰੀ ਆਖਰੀ ਨਹੀਂ ਕਹਿ ਸਕਦੇ ਕਿਉਂਕਿ ਹਜੇ ਤੁਹਾਨੂੰ ਮੈਂ ਕਿੰਨੀ ਵਾਰੀ ਸਟੇਜਾਂ ਤੇ ਨਚਾਉਣਾ ਹਜੇ ਹੋਰ ਮੈਂ ਉਸ ਵੇਲੇ ਦੀ ਗੱਲ ਕਰਦੀ ਪੜ੍ਹਾਈ ਵੇਲੇ ਤੇ ਉਹਦੇ ਨਾਲ ਸੀਗਾ ਕਿ ਗਿੱਧੇ ਦੀ ਟੀਮ ਨਾਲ ਮੈਨੂੰ ਕੀ ਮੌਕਾ ਮਿਲਿਆ ਕਿ ਮੈਂ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਣਾ ਨੂੰ ਮਿਲੇ ਗੁਰਸ਼ਰਨ ਸਿੰਘ ਹੋਣਾ ਉੱਥੇ ਹਰਗੋਬਿੰਦਪੁਰੀ ਬੜੇ ਅੱਛੇ ਗਾਣੇ ਗਾਉਣ ਵਾਲੇ ਸੀ ਉਹਨਾਂ ਦੇ ਨਾਲ ਮੇਲ ਹੋਇਆ ਮੈਂ ਵੇਖਿਆ ਕਿ ਇਹ ਤੁਹਾਨੂੰ ਇੱਕ ਬੜਾ ਤਗੜਾ ਐਕਸਪੋਜ਼ਰ ਮਿਲਦਾ ਜੀ ਤੁਹਾਡੀ ਬਹੁਤ ਖੁਸ਼ ਨਸੀਬੀ ਹੈ ਕਿ ਤੁਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਮੌਕੇ ਮਿਲੇ ਤੇ ਮਤਲਬ ਇੱਕ ਇਹ ਜਿਹੜੀ ਚੀਜ਼ ਹੈ ਜਿਹੜਾ ਸਾਡੇ ਸੱਭਿਆਚਾਰ ਦਾ ਨਿਖੜ ਵਾਂਗ ਜਿਹਨੂੰ ਅਸੀਂ ਕਹਿੰਦੇ ਆ ਜਦੋਂ ਸਟੇਜਾਂ ਤੱਕ ਆਇਆ ਤੇ ਇਹਨੇ ਤੁਹਾਨੂੰ ਇੱਕ ਐਕਸਪੋਜ਼ਰ ਦਿੱਤਾ ਐਕਸਪੋਜ਼ਰ ਦਿੱਤਾ ਬਿਲਕੁਲ ਸੋ ਤੁਸੀਂ ਵੀ ਇਹਨਾਂ ਮੌਕਿਆਂ ਦੇ ਨਾਲ ਮੈਨੂੰ ਲੱਗਦਾ ਕਿ ਜ਼ਰੂਰ
ਰੂਬਰੂ ਹੋਏ ਹੋਵੋਗੇ? ਬਿਲਕੁਲ ਹਾਂਜੀ, ਜਿਵੇਂ ਉਸ ਤੋਂ ਬਾਅਦ ਜਿਵੇਂ ਕਹਿ ਲਓ ਜਦੋਂ ਖਾਲਸਾ ਕਾਲਜ ਤੋਂ ਬਾਅਦ ਅਸੀਂ ਯੂਨੀਵਰਸਿਟੀ ਤੱਕ ਪਹੁੰਚੇ, ਫਿਰ ਮੈਂ 1 ਸਾਲ ਯੂਨੀਵਰਸਿਟੀ ਵੀ ਪਰਫਾਰਮ ਕੀਤਾ ਗਿੱਧਾ, ਫਿਰ ਉਸ ਤੋਂ ਬਾਅਦ ਜਿਵੇਂ ਨਹੀਂ ਤੁਹਾਡੀ ਜਿਹੜੀ ਕਾਲਜ ਵਾਲੀ ਟੀਮ ਸੀ, ਜਰਾ ਥੋੜੀ ਜਿਹੀ ਉਹਦੀ ਕਹਾਣੀ ਸੁਣਾਓ ਜ਼ਰੂਰ ਮੈਨੂੰ ਕਿ ਉਹ ਜਿਹੜੀ ਤੁਹਾਡੀ ਟੀਮ ਸੀ ਉਹ ਫਿਰ ਕਿੱਥੇ ਗਈ ਤੇ ਕਿੰਨਾ ਕੁ ਤੁਸੀਂ ਜਿੱਤ ਕੇ ਲਿਆਏ, ਕੀ ਕੀਤਾ? ਸੋ ਕੋਈ ਬਹੁਤ ਸਟੈਪ ਬਾਏ ਸਟੈਪ ਚੱਲਾਂਗੇ ਤੇ ਫਿਰ ਅਸੀਂ ਕੈਲਗਰੀ ਪਹੁੰਚਣਾ। ਹਾਂਜੀ, ਸੋ ਉਹਦੇ 'ਚ ਕੀ ਹੈ ਕਿ ਜਿਹੜੀਆਂ ਜ਼ਿਆਦਾ ਮੈਨੂੰ ਕੰਪੀਟੀਸ਼ਨਸ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਬੰਦਿਸ਼ਾਂ ਇਸ ਚੀਜ਼ 'ਤੇ ਹੁੰਦੀਆਂ ਸੀਗੀਆਂ ਕਿ ਬਾਹਰ ਨਹੀਂ ਭੇਜਣਾ, ਹੈ ਨਾ। ਸੋ ਇਸੇ ਕਰਕੇ ਉਹਨਾਂ ਨੇ ਜਿਵੇਂ ਡੇ ਬੋਰਡਿੰਗ ਸਕੂਲ ਜਿਹੜੇ ਸੀਗੇ, ਡੇ ਬੋਰਡਿੰਗ ਕਾਲਜ ਦੇ ਵਿੱਚ ਜਿਹੜਾ ਤੁਹਾਨੂੰ ਪੜ੍ਹਾਈ ਦੇ ਲਈ ਭੇਜਿਆ, ਰਾਈਟ। ਸੋ ਇਹ ਚੀਜ਼ਾਂ ਉਹ ਨਹੀਂ ਹੁੰਦੀਆਂ, ਪਰ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਵੀ ਮਹਿਸੂਸ ਮਤਲਬ ਧਿਆਨ 'ਚ ਰੱਖਣਾ ਪੈਂਦਾ। ਕਾਲਜ ਦੇ ਵਿੱਚ ਮੈਨੂੰ ਪਤਾ, ਮੈਂ ਖਾਸ ਹਾਂਜੀ ਵੀ ਮੈਂ ਦੇਖਿਆ ਉਹਦੀ ਸਟੇਜ 'ਤੇ ਤਾਂ ਕਿੱਦਾਂ ਪਾਇਆ, ਸਟੇਜ 'ਤੇ ਕਿੱਦਾਂ ਪਾਇਆ, ਉਹਨਾਂ ਦੀ ਸਟੇਜ 'ਤੇ ਕਿੱਦਾਂ ਪਾਇਆ, ਅਸੀਂ ਹੋਸਟਲ ਵੱਲੋਂ ਬਹੁਤ ਵਾਰੀ ਕਿੱਦਾਂ ਪਾਇਆ ਸਟੇਜ ਦੇ ਉੱਤੇ, ਆਪ ਤਿਆਰ ਕਰ ਕਰਕੇ ਕਿੱਦਾਂ ਪਾਇਆ। ਸੋ ਸਾਡੇ ਉੱਥੇ ਆਪਣੇ ਖਾਲਸਾ ਕਾਲਜ 'ਚ ਮੈਡਮ ਗੁਰਮੀਤ ਹੁੰਦੇ ਸੀਗੇ, ਬਹੁਤ ਹੀ ਵਧੀਆ ਮਤਲਬ ਪੰਜਾਬੀ ਦੇ ਪ੍ਰੋਫੈਸਰ ਸੀਗੇ। ਸੋ ਉਹਨਾਂ ਉਹ ਇੰਚਾਰਜ ਹੁੰਦੇ ਸੀਗੇ, ਉਹਨਾਂ ਨੇ ਬੜੀ ਸਿਲੈਕਸ਼ਨ ਦੇ ਨਾਲ ਬੜੀ ਕੀ ਕਹਿੰਦੇ ਹੁੰਦੇ ਨਾਪ ਤੋਲ ਕਰਕੇ ਕੁੜੀਆਂ ਨੂੰ ਗਿੱਧੇ ਦੇ ਵਿੱਚ ਲੈਂਦੇ ਹੁੰਦੇ ਸੀਗੇ। ਤੇ ਜਦੋਂ ਪਹਿਲੀ ਵਾਰੀ ਆਡੀਸ਼ਨ ਹੋਇਆ, ਇੱਥੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਚਾਹੂੰਗੀ ਕਿ ਜਿਵੇਂ ਚਾਹ ਹੁੰਦਾ ਨਾ, ਆਪਾਂ ਨਰਿੰਦਰ ਦੇ ਇਸ ਕਾਲਜ ਦੀ ਕਹਾਣੀ ਜਿਹੜੀ ਉਹਨੂੰ ਸੁਣੀ ਹੈ, ਤੇ ਨਰਿੰਦਰ ਜਿਹੜੀ ਉਸ ਨਾਪ ਤੋਲ ਦੇ ਵਿੱਚ ਪੂਰੀ ਆ ਗਈ, ਥੋੜੀ ਜਿਹੀ ਬ੍ਰੇਕ ਲੈ ਲੈਂਦੇ ਆ। ਸੋ ਲੈਣਾ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਨਰਿੰਦਰ ਦੀਆਂ ਖੂਬਸੂਰਤ ਗੱਲਾਂ ਕਿ ਉਹਨੇ ਗਿੱਧੇ ਦੀ ਪੌੜੀ ਨੂੰ ਕਿਵੇਂ ਚੜਿਆ, ਉਹ ਥੋੜੀਆਂ ਜਿਹੀਆਂ ਰੁਕਾਵਟਾਂ ਜਿਹੜੀਆਂ ਕਿ ਸਾਡੇ ਸੱਭਿਆਚਾਰ ਦੇ ਵਿੱਚ ਅਕਸਰ ਕੁੜੀਆਂ ਲਈ ਆਉਂਦੀਆਂ ਨੇ, ਉਹ ਨਰਿੰਦਰ ਲਈ ਵੀ ਆਈਆਂ, ਪਰ ਉਹਨਾਂ ਨੂੰ ਸਰ ਕਰਕੇ 11ਵੀਂ ਤੋਂ ਲੈ ਕੇ ਨਰਿੰਦਰ ਕਾਲਜ ਤੱਕ ਖਾਲਸਾ ਕਾਲਜ ਫੜਵੇਂ ਦੇ ਵਿੱਚ ਗਿੱਧੇ ਦੀ ਟੀਮ ਦੀ ਮੈਂਬਰ ਬਣੀ, ਅਤੇ ਇਹਨਾਂ ਦੀ ਪ੍ਰੋਫੈਸਰ ਗੁਰਮੀਤ ਨੇ ਇਹਨਾਂ ਨੂੰ ਬੜਾ ਨਾਪ ਤੋਲ ਕੇ ਗਿੱਧੇ ਦੀ ਟੀਮ ਵਿੱਚ ਲਿਆਂਦਾ, ਅਤੇ ਨਰਿੰਦਰ ਅੱਜ ਖੁਦ ਗਿੱਧੇ ਦੀ ਇੰਚਾਰਜ ਹੈ, ਪੂਰੇ ਇੱਕ ਸੰਸਥਾ ਜਿਹੜੀ ਹੈ ਉਹ ਕੈਲਗਰੀ ਦੇ ਵਿੱਚ ਚਲਾ ਰਹੀ ਹੈ। ਸੋ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਗਿੱਧੇ ਦੀਆਂ ਗੱਲਾਂ ਕਰਾਂਗੇ ਨਰਿੰਦਰ ਗਿੱਲ ਦੇ ਨਾਲ। ਪੰਜਾਬੀ ਨੈਸ਼ਨਲ ਟੀਵੀ 'ਤੇ ਗੱਲਬਾਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਅੱਜ ਦੇ ਇਸ ਗੱਲਬਾਤ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਨਰਿੰਦਰ ਗਿੱਲ ਦੇ ਨਾਲ, ਜਿਨ੍ਹਾਂ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦਾ ਹੈ, ਮਾਝੇ ਦਾ ਹੈ। ਉਹਨਾਂ ਨੇ ਉੱਥੋਂ ਹੀ ਪੜ੍ਹਾਈ ਕੀਤੀ ਅਤੇ ਉੱਥੋਂ ਹੀ ਗਿੱਧੇ ਦੀ ਚੇਟਕ ਇਹਨਾਂ ਨੂੰ ਲੱਗੀ, ਜਿਹੜੀ ਕਿ ਕਾਲਜ ਤੋਂ ਬਾਅਦ ਇਹਨਾਂ ਨੂੰ ਯੂਨੀਵਰਸਿਟੀਆਂ ਤੱਕ ਵੀ ਲੈ ਗਈ। ਸੋ ਨਰਿੰਦਰ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ। ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਬ੍ਰੇਕ ਤੋਂ ਪਹਿਲਾਂ ਕਿ ਤੁਸੀਂ ਕਾਲਜ ਦੇ ਵਿੱਚ ਗਿੱਧਿਆਂ ਦੀ ਟੀਮ ਦੇ ਮੈਂਬਰ ਬਣ ਗਏ, ਅਤੇ ਫਿਰ ਜ਼ਰੂਰ ਯੂਨੀਵਰਸਿਟੀਆਂ ਦੇ ਵਿੱਚ ਵੀ ਗਏ ਹੋਵੋਗੇ ਕਦੇ? ਬਿਲਕੁਲ ਜੀ। ਸੋ ਜਿਵੇਂ ਮੈਂ ਦੱਸਿਆ ਕਿ ਉੱਥੇ ਖਾਲਸਾ ਕਾਲਜ ਬਹੁਤ ਤਗੜਾ ਕੰਪੀਟੀਸ਼ਨ ਹੁੰਦਾ ਸੀਗਾ, ਅਤੇ ਸਿਲੈਕਸ਼ਨ ਕਾਲਜ ਜਿਹੜਾ ਮੇਨ ਹੈ ਬੋਇਜ਼ ਵਾਲਾ, ਨਹੀਂ ਖਾਲਸਾ ਕਾਲਜ ਫਾਰ ਵਿਮੈਨ, ਓਕੇ। ਅਤੇ ਉੱਥੇ ਜਦੋਂ ਸਿਲੈਕਸ਼ਨ ਹੁੰਦੀਆਂ ਸੀ, ਜਦੋਂ ਕਿਉਂਕਿ ਯੂਥ ਫੈਸਟੀਵਲ ਯੂਨੀਵਰਸਿਟੀ ਪੱਧਰ 'ਤੇ ਗਿੱਧੇ ਲੈ ਕੇ ਜਾਣੇ, ਬੜੀਆਂ ਨਾਪ ਤੋਲ ਕੇ ਕੁੜੀਆਂ ਲੈਂਦੇ ਸੀਗੇ। ਸੋ ਪਹਿਲੀ ਵਾਰੀ ਕੀ ਹੋਇਆ ਕਿ ਜਦੋਂ ਮੈਂ ਆਡੀਸ਼ਨ ਲਈ ਗਈ ਅਤੇ ਮੇਰੀ ਸਿਲੈਕਸ਼ਨ ਨਹੀਂ ਹੋਈ, ਰਾਈਟ, ਅਤੇ ਮੈਨੂੰ ਬੜਾ ਮਹਿਸੂਸ ਹੋਇਆ ਕਿ ਮੇਰੀ ਸਿਲੈਕਸ਼ਨ ਨਹੀਂ ਹੋਈ, ਰਾਈਟ। ਅਤੇ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਹੋਸਟਲ ਨਾਈਟ ਸੀਗੀ, ਉਹ ਮੇਰਾ ਪਹਿਲਾ ਈਅਰ ਸੀਗਾ ਕਾਲਜ ਦੇ ਵਿੱਚ, ਅਤੇ ਮੈਂ ਹੋਸਟਲ ਨਾਈਟ 'ਤੇ ਅਸੀਂ ਆਪ ਗਿੱਧਾ ਤਿਆਰ ਕੀਤਾ, ਅਤੇ ਸਾਡੇ ਜਿਹੜੇ ਗਿੱਧੇ ਦੇ ਇੰਚਾਰਜ ਮੈਡਮ ਸੀਗੇ ਉਹਨਾਂ ਨੂੰ ਅਸੀਂ ਉੱਥੇ ਬੁਲਾਇਆ, ਮਤਲਬ ਉਹ ਐਜ਼ ਏ ਗੈਸਟ ਆਏ ਸੀਗੇ ਰਾਤ ਉਸ ਹੋਸਟਲ ਨਾਈਟ ਦੇ ਨਾਈਟ 'ਤੇ। ਅਤੇ ਜਦੋਂ ਅਸੀਂ ਜਿਹੜਾ ਅਸੀਂ ਆਪ ਗਿੱਧਾ ਤਿਆਰ ਕੀਤਾ ਸੀਗਾ, ਉਹਦੇ ਵਿੱਚ ਜਦੋਂ ਉਹਨਾਂ ਨੇ ਮੇਰੀ ਗਿੱਧੇ ਦੀ ਪਰਫੋਰਮੈਂਸ ਦੇਖੀ, ਹੈ ਨਾ, ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਅਤੇ ਨੈਕਸਟ ਟਾਈਮ ਜਦੋਂ ਅਗਲੇ ਦਿਨ ਅਸੀਂ ਕਲਾਸ ਦੇ ਵਿੱਚ ਗਏ, ਅਤੇ ਕਹਿੰਦੇ ਕਿ ਉਹ ਜਿਹੜੀ ਕੁੜੀ ਗਿੱਧਾ ਪਾਉਂਦੀ ਸੀਗੀ ਅਤੇ ਉਹ ਬੜੀ ਵਧੀਆ ਸੀਗੀ, ਅਤੇ ਉਹਨੂੰ ਉਹ ਕਿੱਥੇ ਆ ਕੁੜੀ, ਮੇਰੀ ਫਰੈਂਡ ਮੈਨੂੰ ਬੁਲਾਉਣ ਲੈ ਕੇ ਆਈ, ਕਹਿੰਦੀ ਕਿ ਇੱਦਾਂ ਕਰਕੇ ਮੈਡਮ ਨਾ ਤੇਰੇ ਬਾਰੇ ਪੁੱਛਦੇ ਸੀਗੇ। ਮੈਂ ਗਈ, ਉਹਨਾਂ ਨੇ ਮੈਨੂੰ ਨਾਮ ਪੁੱਛਿਆ ਮੇਰਾ, ਮੈਂ ਆਪਦਾ ਨਾਮ ਦੱਸਿਆ, ਮੈਂ ਕਿਹਾ ਮੇਰਾ ਨਾਮ ਨਰਿੰਦਰ ਹੈ, ਅਤੇ ਕਹਿੰਦੇ ਕਿ ਤੂੰ ਆਡੀਸ਼ਨ 'ਚ ਕਿਉਂ ਨਹੀਂ ਆਈ? ਮੈਂ ਮੈਡਮ ਮੈਂ ਆਡੀਸ਼ਨ 'ਚ ਆਈ ਸੀਗੀ, ਤੁਸੀਂ ਮੈਨੂੰ ਭੇਜਤਾ, ਮੈਨੂੰ ਜ਼ਿਆਦਾ ਪ੍ਰੂਵ ਕਰਨਾ ਪਿਆ ਸਟੇਜ 'ਤੇ ਜਾ ਕੇ ਕਿ ਮੈਨੂੰ ਪ੍ਰੂਵ ਕਰਨਾ ਪਿਆ ਕਿ ਮੈਂ ਉਹੀ ਨਰਿੰਦਰ ਹੈ, ਰਾਈਟ। ਅਤੇ ਫਿਰ ਉਹਨਾਂ ਨੇ ਮਤਲਬ ਬੜੀ ਬੜੇ ਪਿਆਰ ਨਾਲ ਮਤਲਬ ਮੈਨੂੰ ਐਕਸੈਪਟ ਕੀਤਾ, ਅਤੇ ਬੜੇ ਪਿਆਰ ਨਾਲ ਮਤਲਬ ਉਹਨਾਂ ਨੇ ਵੀ ਟੀਮ ਦੇ ਵਿੱਚ ਲਿਆ। ਉਹ ਵੱਖਰੀ ਗੱਲ ਹੈ, ਕਈ ਵਾਰੀ ਪੜ੍ਹਾਈ ਦੇ ਬੋਝ ਕਰਕੇ ਜਾਂ ਕਈ ਵਾਰੀ ਘਰਦਿਆਂ ਕਰਕੇ, ਸੋ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਸੀਗਾ,
ਤੇ ਉਹਦੇ ਕਰਕੇ ਕਈ ਵਾਰੀ ਜ਼ਿਆਦਾ ਨਹੀਂ ਹਿੱਸਾ ਲੈ ਪਏ ਜਾਂ ਕੰਪੀਟੀਸ਼ਨ 'ਚ ਨਹੀਂ ਜਾ ਪਏ ਪਰ ਉਦੋਂ ਇੱਕ ਬਹੁਤ ਵਧੀਆ ਜਿਹੜੀ ਸੀਗੀ ਸ਼ੁਰੂਆਤ ਜਿਹੜੀ ਆ ਹੋਈ ਹੈ ਸੋ ਤੁਸੀਂ ਗਿੱਧੇ ਦੇ ਪੇੜ ਵਿੱਚ ਫਿਰ ਪੇੜਾ ਚ ਆ ਗਏ ਪੇੜ ਚ ਆ ਗਏ ਪੇੜ ਚ ਆ ਗਏ ਫਿਰ ਯੂਨੀਵਰਸਿਟੀਆਂ ਦੇ ਵਿੱਚ ਵੀ ਤੁਸੀਂ ਤੇ ਯੂਨੀਵਰਸਿਟੀ 'ਚ ਵੀ ਮੈਂ 1 ਸਾਲ ਗਿੱਧਾ ਪਾਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੁਆਇਨ ਕੀਤੀ ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਦੇਵ ਹਾਂਜੀ ਬਿਲਕੁਲ ਨਾਲ ਹੀ ਸਾਰੇ ਕੈਂਪਸ ਨੇ ਖਾਲਸਾ ਕਾਲਜ ਫਾਰ ਵਿਮਨ ਦਾ ਫਿਰ ਮੇਰ ਖਾਲਸਾ ਕਾਲਜ ਫਿਰ ਸਭ ਐਜੂਕੇਸ਼ਨ ਅੜਦੇ ਨੇ ਯੂਨੀਵਰਸਿਟੀ ਬਿਲਕੁਲ ਜੀ ਫਿਰ ਜਿਵੇਂ ਖਾਲਸਾ ਕਾਲਜ ਯੂਨੀਵਰਸਿਟੀ ਸੌਰੀ ਜਿਵੇਂ ਆਪਣਾ ਸੀਗਾ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਤੇ ਲਾਇਬ੍ਰੇਰੀ ਸਾਇੰਸ ਡਿਪਾਰਟਮੈਂਟ ਪੋਲੀਟੀਕਲ ਸਾਇੰਸ ਦੀ ਮਾਸਟਰ ਹੈ ਜੀ ਜੀ ਸੋ ਉੱਥੋਂ ਜਦੋਂ ਨਿਕਲੇ ਯੂਨੀਵਰਸਿਟੀ ਤੋਂ ਤੇ ਜਿਹੜੀ ਅੱਗੇ ਜਿਹੜੀ ਗਿੱਧੇ ਦੀ ਜਿਹੜੀ ਸ਼ੁਰੂਆਤ ਸੀਗੀ ਜਿਹੜਾ ਸਫ਼ਰ ਸੀਗਾ ਅੱਗੇ ਨੂੰ ਤੁਰਿਆ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਸਿਲੈਕਸ਼ਨ ਹੋਈ ਹੈ ਸਾਡੇ ਯੂਨੀਵਰਸਿਟੀ ਤੋਂ ਸਿੱਧੀ ਹੋਈ ਸੀਗੀ ਸਿਲੈਕਸ਼ਨ ਕਾਲਜ ਦੇ ਵਿੱਚ ਜ਼ਿਆਦਾ ਜੇ ਉਹ ਰੱਬ ਦਾ ਸ਼ੁਕਰ ਕਰੀਏ ਕਿ ਜਿਵੇਂ ਜੋਬ ਵਾਸਤੇ ਜ਼ਿਆਦਾ ਸਟਰਗਲ ਨਹੀਂ ਕਰਨਾ ਪਿਆ ਨਾਲ ਦੀ ਨਾਲ ਜਿੱਦਾਂ ਹੀ ਮਾਸਟਰਸ ਕੰਪਲੀਟ ਹੋਈ ਤੇ ਨਾਲ ਦੀ ਨਾਲ ਜੋਬ ਜਿਹੜੀ ਸੀਗੀ ਉਹ ਮਿਲ ਗਈ ਹਾਂਜੀ ਕੋਈ ਗਿੱਧੇ ਦਾ ਵੀ ਇਹਦੇ ਵਿੱਚ ਸੀਗਾ ਯੋਗਦਾਨ ਕਿ ਤੁਹਾਡੇ ਕੋਲ ਇੱਕ ਟੈਲੈਂਟ ਵੱਖਰਾ ਹੈਗਾ ਜਿਹਨੇ ਤੁਹਾਨੂੰ ਨੌਕਰੀ ਦੇ ਵਿੱਚ ਮਦਦ ਦਵਾਈ ਉਹਦੇ ਵਿੱਚ ਮੈਂ ਇਦਾਂ ਟੂ ਬੀ ਵੈਰੀ ਆਨੈਸਟ ਕਿ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਉਹਦੇ 'ਚ ਗਿੱਧੇ ਦੇ ਬੇਸ 'ਤੇ ਕਿਉਂਕਿ ਜਿਹੜਾ ਸਾਡਾ ਕਾਲਜ ਸੀਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਸੀਗਾ ਅਤੇ ਪਰ ਉਹ ਕਾਲਜ ਜਿਹੜਾ ਸੀਗਾ ਉੱਥੇ ਕਲਚਰ ਐਕਟੀਵਿਟੀਜ਼ ਨੂੰ ਪੂਰਾ ਪ੍ਰੋਤਸਾਹਿਤ ਕੀਤਾ ਜਾਂਦਾ ਸੀਗਾ ਕਿਹੜਾ ਕਾਲਜ ਪੂਰਾ ਮਾਤਾ ਸਾਹਿਬ ਕੌਰ ਕਾਲਜ ਇਹ ਕਿਹੜੀ ਜਗ੍ਹਾ 'ਤੇ ਮਾਤਾ ਸਾਹਿਬਪੁਰ ਕਾਲਜ ਦਮਦਮਾ ਸਾਹਿਬ ਬਠਿੰਡਾ ਗੁਰਦਾਸਪੁਰ ਤੋਂ ਕਿਤੇ ਦੂਰ ਜਾ ਕੇ ਹਾਂਜੀ ਪੰਜਾਬ ਦੇ ਦੂਸਰੇ ਵਿੱਚ ਜਾ ਬੈਠੇ ਜੀ ਪੰਜਾਬ ਦੇ ਬਿਲਕੁਲ ਦੂਸਰੇ ਹਿੱਸੇ ਦੇ ਦਮਦਮਾ ਸਾਹਿਬ ਮੈਨੂੰ ਖੁਸ਼ੀ ਹੁੰਦੀ ਹੈ ਗੁਰਚਰਨ ਜੀ ਇੱਥੇ ਦੱਸ ਦੇ ਕਿ ਜਿਵੇਂ ਜਿਹੜਾ ਦਮਦਮਾ ਸਾਹਿਬ ਜਦੋਂ ਮੈਨੂੰ ਉੱਥੇ ਮਾਤਾ ਸਾਹਿਬਪੁਰ ਕਾਲਜ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਉਹ ਇੱਕ ਗੁਰੂ ਦੀ ਕਾਸ਼ੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸੋ ਗੁਰੂ ਦੀ ਕਾਸ਼ੀ ਜਿੱਥੇ ਵਿੱਦਿਆ ਦੇ ਭੰਡਾਰ ਹੁੰਦੇ ਆ ਵਿੱਦਿਆ ਵੰਡੀ ਜਾਂਦੀ ਆ ਸੋ ਉਹ ਇੰਨਾ ਇੱਕ ਬਰਕਤ ਹੈ ਉਸ ਮਤਲਬ ਏਰੀਏ ਦੇ ਵਿੱਚ ਕਿ ਜਿਹੜਾ ਉੱਥੇ ਆ ਜਾਂਦਾ ਉਹ ਤਰੱਕੀ ਕਰਦਾ ਹੀ ਕਰਦਾ ਹੈ ਕੀ ਬਾਤ ਹੈ ਇਹ ਬਖਸ਼ਿਸ਼ ਹਾਂਜੀ ਇਹ ਬਖਸ਼ਿਸ਼ ਹੈ ਉਸ ਧਰਤੀ ਨੂੰ ਤੇ ਅਸੀਂ ਉੱਥੇ ਬੜੀ ਯੰਗ ਸਟਾਫ ਜਿਵੇਂ ਉਹਨਾਂ ਟਾਈਮਾਂ ਦੇ ਵਿੱਚ ਆਏ ਸੀਗੇ ਹਨਾ ਸਾਰੇ ਮਾਸਟਰਸ ਨਾਲ ਦੀ ਨਾਲ ਹੀ ਹਾਂਜੀ 21-22 ਸਾਲ ਦੀਆਂ ਕੁੜੀਆਂ ਯਾ 22-22 24 ਸਾਲ ਦੇ 22-24 ਸਾਲ ਦੀ ਉਮਰ ਸੀ ਸਾਰਿਆਂ ਦੀ ਉਹਨਾਂ ਟਾਈਮਾਂ ਦੇ ਵਿੱਚ ਤੇ ਉਦੋਂ ਨਾਲ ਦੀ ਨਾਲ ਜਦੋਂ ਅਸੀਂ ਮੈਂ ਕਾਲਜ ਦੇ ਵਿੱਚ ਜੁਆਇਨ ਕੀਤਾ ਤੇ ਪਹਿਲੇ ਸਾਲ ਹੀ ਮੇਰੀ ਇਹ ਖੁਸ਼ਕਿਸਮਤੀ ਕਹਿ ਲਓ ਕਿ ਉਦੋਂ ਅਸੀਂ ਅਨਮੈਰਿਡ ਸੀਗੇ ਬਹੁਤ ਜੋਸ਼ ਸੀਗਾ ਉਸ ਚੀਜ਼ ਦਾ ਹਨਾ ਤੇ ਜਿਹੜਾ ਕਲਚਰ ਐਕਟੀਵਿਟੀਜ਼ ਦਾ ਜਿਹੜਾ ਡਿਪਾਰਟਮੈਂਟ ਸੀ ਤੇ ਉਹਦੇ 'ਚ ਜਿਹੜੀ ਮੇਨ ਆਈਟਮ ਸੀਗੀ ਗਿੱਧਾ ਉਹ ਮੈਨੂੰ ਉਹਦਾ ਇੰਚਾਰਜ ਬਣਾ ਦਿੱਤਾ ਗਿਆ ਤੇ ਇੱਥੇ ਮੈਂ ਦੱਸਣ 'ਚ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਮੇਰੀ ਖੁਸ਼ਕਿਸਮਤੀ ਕਹਿ ਲਓ ਤੇ ਜਾਂ ਇਹ ਕਹਿ ਲਓ ਕਿ ਉਹ ਚੀਜ਼ ਨੇ ਮੇਰੇ ਨਾਲ ਅੱਗੇ ਤੁਰਨਾ ਸੀਗਾ ਤੇ ਉੱਥੇ ਜਿਹੜਾ ਗਿੱਧਾ ਸੀ ਪਹਿਲੀ ਵਾਰੀ ਜਦੋਂ ਮਿਲਿਆ ਤੇ ਇੰਨੇ ਕੁ ਜੋਸ਼ ਨਾਲ ਤਿਆਰ ਕਰਵਾਇਆ ਗਿੱਧਾ ਉਹ ਵਾਲਾ ਤੇ ਉਸ ਗਿੱਧੇ ਨੇ ਇੰਨੀ ਕੁ ਮਤਲਬ ਇੰਨੀ ਕੁ ਮਤਲਬ ਵਧੀਆ ਪਰਫੋਰਮੈਂਸ ਕੀਤੀ ਬੱਚਿਆਂ ਨੇ ਯੂਥ ਫੈਸਟੀਵਲ ਦੇ ਵਿੱਚ ਰਾਮਪੁਰਾ ਫੂਲ ਦੇ ਵਿੱਚ ਪਹਿਲੀ ਵਾਰੀ ਸਾਡੀ ਟੀਮ ਨੇ ਫਸਟ ਟਾਈਮ ਮਾਤਾ ਸਾਹਿਬ ਕੌਰ ਕਾਲਜ ਦੀ ਟੀਮ ਨੇ ਪਹਿਲੀ ਵਾਰੀ ਉੱਥੇ ਪਾਰਟੀਸਪੇਟ ਕੀਤਾ ਤੇ ਉੱਥੇ ਰਾਮਪੁਰਾ ਫੂਲ 'ਚ ਮੇਰੇ ਯਾਦ ਹੈ ਕਿ 32 ਟੀਮ ਸੀਗੀਆਂ ਪਟਿਆਲਾ ਯੂਨੀਵਰਸਿਟੀ ਦੇ ਅੰਡਰ ਜਿੰਨੇ ਵੀ ਕਾਲਜ ਨੇ ਈਵਨ ਉੱਥੇ ਸਾਡੇ ਦਮਦਮਾ ਸਾਹਿਬ ਗੁਰੂ ਕਾਸ਼ੀ ਕੈਂਪਸ ਵੀ ਆ ਰੀਜਨਲ ਸੈਂਟਰ ਪਟਿਆਲਾ ਯੂਨੀਵਰਸਿਟੀ ਦਾ ਹਾਂਜੀ ਤੇ ਬਹੁਤ ਸਾਰੇ ਕਾਲਜਸ ਜਿਹੜੇ ਸੀਗੇ ਉਹਨਾਂ ਨੇ ਉੱਥੇ ਹਿੱਸਾ ਲਿਆ ਤੇ ਸਾਡੀ ਖੁਸ਼ਕਿਸਮਤੀ ਇਹ ਸੀਗੀ ਕਿ ਜਿਹੜਾ ਸਾਡੀ ਟੀਮ ਮਾਤਾ ਸਾਹਿਬ ਕੌਰ ਕਾਲਜ ਦੀ ਟੀਮ ਸੀ ਉਹ ਬੱਚੇ ਹਜੇ ਵੀ ਮੇਰੇ ਨਾਲ ਕਨੈਕਟਡ ਨੇ ਜੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਸੋ ਉਹ ਟੀਮ ਜਿਹੜੀ ਸੀ ਉਹ ਫਸਟ ਆ ਗਈ ਮਾਤਾ ਪਹਿਲੀ ਵਾਰੀ ਫਸਟ ਟਾਈਮ ਪਿੰਡ ਦੇ ਵਿੱਚ ਆਪਣੀ ਟੀਮ ਲੈ ਕੇ ਗਈ ਨਰਿੰਦਰ ਦੀ ਟੀਮ ਫਸਟ ਆ ਗਈ ਹਾਂਜੀ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਮੇਰੇ ਯਾਦ ਹੈ ਉਦੋਂ ਡਾਕਟਰ ਦਲਜੀਤ ਸਿੰਘ ਸੀਗੇ ਆਪਣੇ ਪਟਿਆਲਾ ਯੂਨੀਵਰਸਿਟੀ ਦੇ ਡਾਇਰੈਕਟਰ ਉਦੋਂ ਕਲਚਰਲ ਅਫੇਅਰਸ ਤੇ ਹਨਾ ਤੇ ਉੱਥੇ ਉਹਨਾਂ ਨੇ ਉਹ ਕਹਿੰਦੇ ਕਿ ਇਹ ਟੀਮ ਜਿਹੜੀ ਹੈ ਇਹਦਾ ਕੋਚ ਕੌਣ ਹੈ ਤੇ ਕੋਚ ਤਾਂ ਉੱਥੇ ਲੱਭੇ ਨਾ ਕੋਚ ਤਾਂ ਕੁੜੀਆਂ ਦੇ ਵਿੱਚ ਗਵਾਚਿਆ ਫਿਰਦਾ ਸੀ ਛੋਟਾ ਜਿਹਾ ਰਾਈ ਕੋਚ ਤਾਂ ਆਪ ਛੋਟੀ ਜਿਹੀ ਤੇ ਜਦੋਂ ਉਹਨਾਂ ਨੇ ਸਟੇਜ ਤੇ ਬੁਲਾਇਆ ਮੇਰੇ ਨਾਲ ਇੱਕ ਹੋਰ ਪ੍ਰੋਫੈਸਰ ਸੀਗੇ ਪ੍ਰੋਫੈਸਰ ਅਮਨ ਸੀਗੀ ਹਨਾ ਸਤਿੰਦਰ ਸੀਗੇ ਨਾਲ ਤੇ ਉਹਨਾਂ ਨੇ ਜਦੋਂ ਅਸੀਂ ਸਟੇਜ ਤੇ ਗਏ ਆ ਨਾਲ ਤੇ ਉਹ ਕਹਿੰਦੇ ਕਿ ਇਹਦੀ ਕੋਚ ਕੌਣ ਹੈ ਤੇ ਉਹ ਮੇਰੇ ਨਾਲ ਮੈਡਮ ਸੀਗੀ ਉਹਨਾਂ ਨੇ ਕਿਹਾ ਕਿ ਨਹੀਂ ਇਹ ਵਾਲੇ ਨੇ ਤੇ ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਜੱਫੀ ਪਾ ਕੇ ਕਿਹਾ ਮੈਨੂੰ ਅੱਜ ਵੀ ਉਹਨਾਂ ਦੇ ਸ਼ਬਦ ਯਾਦ ਨੇ ਕਿ ਮਤਲਬ ਕਿੰਨੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਉਹ ਜਿਹੜੇ ਇੱਕ ਲਾਈਨ ਦੇ ਵਿੱਚ ਐਕਸਪਲੇਨ ਕਰਤਾ ਸੀਗਾ ਕਹਿੰਦੇ ਬੱਚੇ ਤੂੰ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਕੋਚ ਬਹੁਤ ਵੱਡਾ ਸਾਰਾ ਲੱਭ ਰਿਹਾ ਸੀਗਾ ਕਿ ਕੋਈ ਹੋਣਾ ਕੋਚ 50 ਸਾਲਾਂ ਦਾ 55 ਸਾਲਾਂ ਦਾ
ਉਹਨੂੰ ਫਿਰ ਤੁਹਾਨੂੰ ਹੋਰ ਮੌਕੇ ਜਿਹੜੇ ਆ ਉਹ ਮਿਲਦੇ ਆ ਤੇ ਉਹਨਾਂ ਮੌਕਿਆਂ ਨੂੰ ਸਾਂਭਣਾ ਤੇ ਉਹਨਾਂ ਮੌਕਿਆਂ ਨੂੰ ਸੋਹਣੇ ਤਰੀਕੇ ਦੇ ਨਾਲ ਅੱਗੇ ਲੈ ਕੇ ਚੱਲਣਾ ਉਹਦੇ ਲਈ ਸਾਡੀ ਆਪਦੀ ਕੋਸ਼ਿਸ਼ ਹੁੰਦੀ ਆ ਆਪਣੀਆਂ ਐਫਰਟਸ ਵੀ ਹੁੰਦੀਆਂ ਨੇ ਹਨਾ ਉੱਥੇ ਫਿਰ ਜਿਵੇਂ ਕਾਲਜ ਵੱਲੋਂ ਇੱਕ ਸਾਡੇ ਜਿਹੜਾ ਸਾਡਾ ਕਾਲਜ ਆ ਉਹਦੇ 'ਚ ਜਿਵੇਂ ਗ੍ਰੇਡ 12 ਤੱਕ ਜਿਹੜੇ ਸਟੂਡੈਂਟ ਵੀ ਸੀਗੇ ਤੇ ਜਿਹੜੇ ਗ੍ਰੇਡ 12 ਤੱਕ ਸਟੂਡੈਂਟਸ ਨੇ ਉਹ ਆਉਂਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਡਰ ਇਹ ਫੰਕਸ਼ਨ ਮੈਨੂੰ ਈਅਰ ਨਹੀਂ ਐਗਜੈਕਟਲੀ ਯਾਦ ਆ ਰਿਹਾ ਹੈਗਾ ਸੋ ਸਾਡੀ ਜਿਹੜੀ ਯੂਨੀਅਰ ਟੀਮ ਸੀਗੀ ਕੁੜੀਆਂ ਦੀ ਮਤਲਬ ਸੀਨੀਅਰ ਟੀਮ ਤਾਂ ਯੂਥ ਫੈਸਟੀਵਲ ਦੇ ਵਿੱਚ ਸੀਗੀਆਂ ਉਹ ਵੀ ਫਸਟ ਸੀਗੀਆਂ ਅਤੇ ਉੱਥੇ ਵੀ ਸਾਡੇ ਲਈ ਬੜਾ ਵੱਡਾ ਸਟੈਂਡ ਸੀਗਾ ਕਿ ਵੱਡੇ ਵੱਡੇ ਜਿਹੜੇ ਕਾਲਜ ਆਪਣੇ ਆਪ 'ਚ ਅਸਟੈਬਲਿਸ਼ ਕਾਲਜ ਸੀ ਉਹਨਾਂ ਦੇ ਨਾਲ ਸਟੈਂਡ ਕਰਨਾ ਅਤੇ ਇਹ ਇੱਕ ਬਹੁਤ ਵੱਡਾ ਮਤਲਬ ਬੱਚਿਆਂ ਦੀ ਮਿਹਨਤ ਸੀਗੀ ਜਾਂ ਸਾਡੀ ਮਿਹਨਤ ਕਹਿ ਲਓ ਜਾਂ ਸਟਾਫ ਦੀ ਸਾਰਿਆਂ ਦੀ ਕਿ ਉਹ ਕਾਲਜ ਦਾ ਇੱਕ ਨਾਮ ਬਣਿਆ ਸਾਰੇ ਕਾਲਜਸ ਦੇ ਵਿੱਚ ਬਿਲਕੁਲ ਆਗਿਆ ਦੇਣੀ ਉਸ ਤੋਂ ਬਾਅਦ ਹੁੰਦਾ ਕੋਚ ਜਿਹਨੇ ਤਿਆਰ ਕਰਵਾਉਣਾ ਹੈ ਅਤੇ ਉਸ ਤੋਂ ਬਾਅਦ ਹੁੰਦਾ ਜਿਹਨਾਂ ਨੇ ਪਾਰਟੀਸਪੇਟ ਕਰਨਾ ਉਹਨਾਂ ਦੀ ਪਰਫਾਰਮੈਂਸ ਲੱਗਣ ਜਿਹੜੀ ਸੋ ਸਾਰਾ ਕੁਝ ਇੱਕ ਗਰੁੱਪ ਐਫਰਟ ਹੁੰਦੀ ਟੀਮ ਦੀ ਐਫਰਟ ਹੁੰਦੀ ਹੈ ਅਤੇ ਸਟੇਟ ਲੈਵਲ 'ਤੇ ਵੀ ਗੁਰਚਰਨ ਜੀ ਜਿਹੜਾ ਗਿੱਧਾ ਸੀਗਾ ਉਹ ਫਸਟ ਆਇਆ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕਿੰਨੇ ਸਕੂਲ ਨੇ ਉੱਥੇ ਹੈ ਨਾ ਅਤੇ ਸਾਰੇ ਬਹੁਤ ਮਿਹਨਤ ਕਰਕੇ ਆਉਂਦੇ ਆ ਅਤੇ ਨਰਿੰਦਰ ਤੁਸੀਂ ਇਹ ਜਿਹੜਾ ਸੀਗਾ ਚੇਟਕ ਨਹੀਂ ਮੈਂ ਤਾਂ ਕਹੂੰਗੀ ਕਿ ਹੁਣ ਤਾਂ ਤੁਹਾਡਾ ਪੈਸ਼ਨ ਹੋ ਗਿਆ ਪੈਸ਼ਨ ਹਾਂਜੀ ਚਲੋ ਵੀ ਮੈਂ ਗਿੱਧਾ ਕਰਵਾਉਣਾ ਹੈ ਉੱਥੇ ਤੁਹਾਨੂੰ ਉਹਨਾਂ ਨੇ ਲੱਭ ਲਿਆ ਵੀ ਇਹ ਗਿੱਧਾ ਕਰਵਾ ਸਕਦੀ ਹੈ ਤੁਸੀਂ ਉਸ ਤੋਂ ਅਗਾਂਹ ਅਗਾਂਹ ਤੁਰਦੇ ਗਏ ਇਹ ਜਿਹੜਾ ਇੱਕ ਸੱਭਿਆਚਾਰ ਦਾ ਸਾਡਾ ਹਿੱਸਾ ਹੈ ਜਿਹਨੂੰ ਕਈ ਵਾਰੀ ਸਾਡੇ ਘਰਾਂ 'ਚ ਉਹਨਾਂ ਪ੍ਰਵਾਨ ਨਹੀਂ ਕੀਤਾ ਜਾਂਦਾ ਪਰ ਸਟੇਜ 'ਤੇ ਆ ਕੇ ਇਹ ਕਈਆਂ ਨੂੰ ਬਹੁਤ ਜ਼ਿਆਦਾ ਮਾਣ ਦਵਾਉਂਦਾ ਹੈ ਜਿਵੇਂ ਕਿ ਤੁਹਾਨੂੰ ਵੀ ਬਹੁਤ ਜ਼ਿਆਦਾ ਬਿਲਕੁਲ ਜੀ ਖੁਸ਼ਕਿਸਮਤੀ ਕਹਿ ਲਓ ਹਾਂਜੀ ਤੁਸੀਂ ਇਸੇ ਹੀ ਮਾਣ ਨੂੰ ਲੈ ਕੇ ਕਦੋਂ ਕੁਚਾਲੇ ਪਾਏ ਫਿਰ ਕੈਲਗਰੀ ਵੱਲ ਨੂੰ ਕੈਲਗਰੀ 'ਚ ਹਾਂਜੀ 2006 ਦੇ ਵਿੱਚ ਅਸੀਂ ਪਹੁੰਚੇ ਹਾਂ ਕੈਲਗਰੀ 2006 ਦੇ ਵਿੱਚ ਕੈਲਗਰੀ ਆ ਗਈ ਅਤੇ ਬੜੀ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ 2006 'ਚ ਮੈਂ ਹੀ ਨਹੀਂ ਆਈ ਹਾਂਜੀ ਇੱਕ ਇੰਟਰਸਟਿੰਗ ਚੀਜ਼ ਹੈ ਕਿ ਅਸੀਂ 6/6/6 ਨੂੰ ਆਏ ਸੀਗੇ ਅੱਛਾ ਹਾਂਜੀ 6 ਤਰੀਕ ਸੀ 6ਵਾਂ ਮਹੀਨਾ ਸੀਗਾ ਅਤੇ 2006 ਸੀਗਾ 6ਵਾਂ ਸਾਲ ਸੀਗਾ ਮਤਲਬ ਹਾਂਜੀ ਬਿਲਕੁਲ ਬਿਲਕੁਲ ਅਸੀਂ ਆਏ ਸੀ ਫਰਵਰੀ 6 ਨੂੰ ਅੱਛਾ ਤੁਸੀਂ ਵੀ ਉਸੇ ਸਾਲ 'ਚ ਹੀ ਆਏ ਹੋ ਠੀਕ ਅਤੇ ਨਰਿੰਦਰ ਨੇ ਤਾਂ ਭਾਈ ਆਉਂਦੇ ਆ ਝੰਡੇ ਗੱਡੇ ਅਤੇ ਲਓ ਜੀ ਗੱਲਬਾਤ ਨਰਿੰਦਰ ਨਾਲ ਹੁਣ ਕੈਨੇਡਾ ਦੀ ਕਰਾਂਗੇ ਅਤੇ ਕੈਨੇਡਾ ਦੇ ਵਿੱਚ ਨਰਿੰਦਰ ਇਸ ਵੇਲੇ ਗਿੱਧਿਆਂ ਦੀ ਰਾਣੀ ਨਹੀਂ ਬਾਕੀ ਗਿੱਧਿਆਂ ਦੇ ਵਿੱਚ ਦੂਜਿਆਂ ਨੂੰ ਰਾਣੀਆਂ ਵਾਂਗੂ ਨਚਾਉਂਦੀ ਹੈ ਸੋ ਗੱਲਬਾਤ ਜਾਰੀ ਰੱਖਾਂਗੇ ਲੈਂਦੇ ਹਾਂ ਛੋਟੀ ਜੀ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਨਰਿੰਦਰ ਦੀਆਂ ਖੂਬਸੂਰਤ ਕਾਮਯਾਬੀ ਅਤੇ ਉਹਦੇ ਯਤਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰਦੇ ਰਹਾਂਗੇ ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਪ੍ਰੋਗਰਾਮ ਗੱਲਬਾਤ ਵਿੱਚ ਸਵਾਗਤ ਹੈ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਨਰਿੰਦਰ ਗਿੱਲ ਹੁਣਾਂ ਦੇ ਨਾਲ ਨਰਿੰਦਰ ਗਿੱਲ ਜਿਹੜੇ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਨਾਚ ਹੈ ਗਿੱਧਾ ਉਹਦੇ ਨਾਲ ਸ਼ੁਰੂ ਤੋਂ ਹੀ ਜੁੜੇ ਰਹੇ ਨੇ ਕੈਨੇਡਾ ਦੇ ਵਿੱਚ 2006 ਦੇ ਵਿੱਚ ਆ ਕੇ ਵੀ ਨਰਿੰਦਰ ਕੈਲਗਰੀ ਦੇ ਵਿੱਚ ਰਹਿੰਦੀ ਹੋਈ ਉਸ ਆਪਣੇ ਟੈਲੈਂਟ ਨੂੰ ਉਸ ਆਪਣੀ ਜਿਹੜੀ ਉਹਦੀ ਰੂਹ ਦੇ ਨਾਲ ਜੁੜੀ ਹੋਈ ਇਸ ਗਿੱਧੇ ਦੀ ਰੂਹ ਹੈ ਉਹਨੂੰ ਉਸੇ ਤਰ੍ਹਾਂ ਇਹਨਾਂ ਨੇ ਸਜੀਵ ਰੱਖਿਆ ਅਤੇ ਗੱਲਬਾਤ ਉਹਨਾਂ ਦੇ ਨਾਲ ਅਗਾਂਹ ਕੈਨੇਡਾ ਵਿੱਚ ਉਹ ਗਿੱਧੇ ਲਈ ਕੀ ਯੋਗਦਾਨ ਪਾ ਰਹੇ ਨੇ ਉਹਨੂੰ ਜਾਰੀ ਰੱਖਦੇ ਆ ਨਰਿੰਦਰ ਇੱਕ ਵਾਰੀ ਫਿਰ ਆਪਾਂ ਬ੍ਰੇਕ ਤੋਂ ਬਾਅਦ ਤੁਸੀਂ ਇੱਥੇ ਆਏ ਹੋ ਬੜੀ ਸੰਘਰਸ਼ਮਈ ਜ਼ਿੰਦਗੀ ਹੁੰਦੀ ਹੈ ਬਿਲਕੁਲ ਹਾਂਜੀ ਤੁਸੀਂ ਸ਼ਾਦੀ ਕਰਾ ਕੇ ਆਏ ਤੁਹਾਡੇ ਕੋਲ ਬੱਚਾ ਵੀ ਸੀ ਜਦੋਂ ਤੁਸੀਂ ਇੱਥੇ ਆਏ ਜੀ ਇੱਥੇ ਆ ਕੇ ਕਹਿੰਦੇ ਜ਼ੀਰੋ ਤੋਂ ਸ਼ੁਰੂ ਕਰਨਾ ਹੈ ਤੁਸੀਂ ਉਹਨੂੰ ਸ਼ੁਰੂ ਕੀਤਾ ਸ਼ੁਰੂ ਕਰਕੇ ਮੈਂ ਗੱਲ ਫਿਰ ਗਿੱਧੇ 'ਤੇ ਲੈ ਆਉਣੀ ਆ ਤੁਹਾਡਾ ਕਿਵੇਂ ਜੀ ਕੀਤਾ ਕਿਵੇਂ ਤੁਹਾਡੇ ਅੰਦਰ ਲੂਰੀਆਂ ਉੱਠੀਆਂ ਭਈ ਮੈਂ ਗਿੱਧਾ ਨਹੀਂ ਛੱਡਣਾ ਚਾਹੇ ਜੋ ਮਰਜ਼ੀ ਹੋ ਜਾਵੇ ਸੋ ਇਹ ਇਹ ਥੋੜ੍ਹੀ ਜਿਹੀ ਆਪਣੀ ਕਹਾਣੀ ਜਿਹੜੀ ਹੈ ਇਹਨੂੰ ਜ਼ਰੂਰ ਸਾਡੇ ਦਰਸ਼ਕਾਂ ਨਾਲ ਦੱਸੋ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਜਿਹੜੇ ਸ਼ੌਕ ਹੁੰਦੇ ਆ ਉਹਨਾਂ ਨੂੰ ਛੱਡ ਦਿੰਦੇ ਆ ਜੀ ਮੈਨੂੰ ਇੱਦਾਂ ਲੱਗਦਾ ਕਿ ਜਿਹੜੀ ਚੀਜ਼ ਤੁਹਾਡੀ ਰੂਹ ਦੀ ਖੁਰਾਕ ਹੈ ਨਾ ਉਹਨੂੰ ਕਦੇ ਨਹੀਂ ਛੱਡਣਾ ਚਾਹੀਦਾ ਲਾਈਕ ਕੁਛ ਵੀ ਹੋ ਜਾਵੇ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਲਾਈਕ ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਇਹ ਮੈਂ ਰੂਹ ਦੇ ਨਾਲ ਕਰਦਾ ਮੈਂ ਦਿਲ ਦੇ ਨਾਲ ਕਰਦਾ ਉਹਨੂੰ ਆਪਾਂ ਨੂੰ ਜ਼ਰੂਰ ਕਿਸੇ ਵੀ ਤਰੀਕੇ ਨਾਲ ਲੈ ਕੇ ਚੱਲਣਾ ਚਾਹੀਦਾ ਅਤੇ ਉਹ ਜਿਹੜੀ ਹੁੰਦੀ ਜਿਹੜੀ ਚੀਜ਼ ਆਪਾਂ ਰੂਹ ਨਾਲ ਕਰਦੇ ਹਾਂ ਨਾ ਉਹਦੇ ਨਾਲ ਸਾਨੂੰ ਕਾਮਯਾਬੀ ਬਹੁਤ ਮਿਲਦੀ ਹੈ
ਸੋ ਜਿਵੇਂ ਤੁਸੀਂ ਕਿਹਾ ਕਿ ਇੱਥੇ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਹੈ ਅਤੇ ਮੇਰੇ ਯਾਦ ਹੈ ਅਸੀਂ ਸਾਰੇ ਐਜ਼ ਏ ਇਮੀਗ੍ਰੈਂਟ ਆਏ ਹਾਂ ਅਤੇ ਐਜ਼ ਏ ਇਮੀਗ੍ਰੈਂਟ ਸਾਨੂੰ ਬਹੁਤ ਵੱਡੇ ਸਟਰਗਲ 'ਚੋਂ ਲੰਘਣਾ ਪੈਂਦਾ ਖਾਸ ਕਰਕੇ ਜਦੋਂ ਤੁਸੀਂ ਉੱਥੇ ਬਹੁਤ ਸੋਹਣੀਆਂ ਵਧੀਆ ਵਧੀਆ ਨੌਕਰੀਆਂ ਜਿਹੜੀਆਂ ਨੇ ਉਹ ਛੱਡ ਕੇ ਆਉਂਦੇ ਹਾਂ ਇੱਥੇ ਦੋ ਟੈਚੀ ਲੈ ਕੇ ਆ ਗਏ ਹੋ ਦੋ ਟੈਚੀ ਲੈ ਕੇ ਆਉਂਦੇ ਹਾਂ ਕਾਰਾਂ ਲੈਣੀਆਂ ਪੁੱਛੋ ਨਾ ਤੁਸੀਂ ਕੀ ਬਣਨਾ ਅਤੇ ਫਿਰ ਸਾਡੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਵੈਲੂਏਟ ਕਰਵਾਉਣਾ ਉਸ ਲੈਵਲ 'ਤੇ ਲੈ ਕੇ ਜਾਣਾ ਉਹਨੂੰ ਟਾਈਮ ਲੱਗਦਾ ਉਹਨਾਂ ਚੀਜ਼ਾਂ ਨੂੰ ਤਾਂ ਆਪਾਂ ਸਾਰੇ ਇਸ ਸੰਘਰਸ਼ 'ਤੇ ਮੈਂ ਇਕੱਲੀ ਨਹੀਂ ਆਪਾਂ ਸਾਰੇ ਮੇਰੇ ਤੋਂ ਵੱਧ ਵੀ ਲੰਘੇ ਆ ਸਾਰੇ ਸੰਘਰਸ਼ ਦੇ ਵਿੱਚੋਂ ਹੈ ਨਾ ਅਤੇ ਉਹ ਜਿਹੜਾ ਸੰਘਰਸ਼ ਵਾਲਾ ਟਾਈਮ ਸੀਗਾ ਉਹਦੇ ਵਿੱਚ ਜੇ ਤੁਹਾਡਾ ਹਸਬੈਂਡ ਤੁਹਾਡਾ ਸਾਥ ਦਿੰਦਾ ਤੁਹਾਡੀ ਫੈਮਿਲੀ ਤੁਹਾਡੇ ਨਾਲ ਹੈ ਤੁਸੀਂ ਮਿਲ ਕੇ ਚੱਲਦੇ ਹੋ ਅਤੇ ਫਿਰ ਉਹ ਜਿਹੜਾ ਉਹ ਸੰਘਰਸ਼ ਜਿਹੜਾ ਥੋੜ੍ਹਾ ਸੌਖਾ ਹੋ ਜਾਂਦਾ ਬਿਲਕੁਲ ਇਹੋ ਗੱਲ ਕਰ ਲਿਆ ਭਾਈ ਕਹਿੰਦੇ ਨੇ ਹਰ ਕਾਮਯਾਬ ਔਰਤ ਦੇ ਪਿੱਛੇ ਮਰਦ ਹੁੰਦਾ ਤੇ ਹਰ ਮਰਦ ਮਰਦ ਦੇ ਪਿੱਛੇ ਔਰਤ ਹੁੰਦੀ ਹੈ ਹੁਣ ਤੁਸੀਂ ਇੱਕ ਕਾਮਯਾਬ ਔਰਤ ਹੋ ਕੈਲਗਰੀ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਨੇ ਜਿਹੜੇ ਛੋਟੀਆਂ ਛੋਟੀਆਂ ਬੱਚੀਆਂ ਨੂੰ ਕਿੱਦਾਂ ਸਿਖਾਉਂਦੇ ਨੇ ਅਤੇ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਬੱਚਾ ਜਿਹਨੂੰ ਅਸੀਂ ਕਹਿੰਦੇ ਸਪੈਸ਼ਲ ਕਿਡਸ ਨੇ ਜਿਨ੍ਹਾਂ ਨੂੰ ਆਪਣਾ ਆਪ ਸੰਭਾਲਣ ਲਈ ਉਹਦੀ ਮਾਂ ਦੀ ਲੋੜ ਪੈਂਦੀ ਹੈ ਉਹਨੂੰ ਵੀ ਨੱਚਦਿਆਂ ਮੈਂ ਵੇਖਿਆ ਅਤੇ ਮੈਂ ਹੈਰਾਨ ਸਾਂ ਕਿ ਨਰਿੰਦਰ ਨੇ ਉਹਨੂੰ ਕਿਵੇਂ ਟ੍ਰੇਨ ਕੀਤਾ ਹੋਣਾ ਸੋ ਤੁਸੀਂ ਇਸ ਪੈਸ਼ਨ ਨੂੰ ਜਦੋਂ ਆਪਣਾ ਸੀਗਾ ਤੁਸੀਂ ਕਿਹਾ ਵੀ ਮੈਂ ਇੱਥੇ ਜ਼ਰੂਰ ਕਰਨਾ ਹਾਲਾਂਕਿ ਇਹਦੇ 'ਚ ਕੱਟੀ ਕੁੱਟੀ ਬਹੁਤੀ ਨਹੀਂ ਸੀ ਹੋਣੀ ਪਹਿਲਾਂ ਜੀ ਜੀ ਤਾਂ ਤੁਹਾਡੇ ਹਸਬੈਂਡ ਦਾ ਕੀ ਯੋਗਦਾਨ ਰਿਹਾ ਉਹਨਾਂ ਦੇ ਘਰ ਵਾਲੇ ਤਾਂ ਇਹੀ ਕਹਿੰਦੇ ਨੇ ਛੱਡ ਪਰਾਂ ਪਹਿਲਾਂ ਤੂੰ ਨੌਕਰੀ ਕਰ ਬੱਚੇ ਸੰਭਾਲ ਨਹੀਂ ਜਿਵੇਂ ਹਰਜੀਤ ਗਿੱਲ ਹੋਣਾ ਨੇ ਮੈਨੂੰ ਲੱਗਦਾ ਕੁਛ ਕੀਤਾ ਹੋ ਜਿਵੇਂ ਬਿਲਕੁਲ ਸਹੀ ਹੈ ਜਿਵੇਂ ਹਰਜੀਤ ਖੁਦ ਵੀ ਲਿਟਰੇਚਰ ਨਾਲ ਬਹੁਤ ਜੁੜੇ ਹੋਏ ਆ ਤੇ ਉਹ ਇੱਕ ਪ੍ਰੋਫੈਸ਼ਨਲ ਸਿੰਗਰ ਵੀ ਨੇ ਅੱਛਾ ਮੈਂ ਤਾਂ ਹੁਣ ਵੀ ਕਹੂੰਗੀ ਕਿ ਉਹ ਪ੍ਰੋਫੈਸ਼ਨਲ ਸਿੰਗਰ ਹੀ ਨੇ ਉਹਨਾਂ ਦੇ ਪਹਿਲਾਂ ਐਜ਼ ਏ ਪ੍ਰੋਫੈਸ਼ਨਲ ਸਿੰਗਿੰਗ ਨੂੰ ਕਾਫੀ ਦੇਰ ਉਹਨਾਂ ਨੇ ਲਿਆ ਹੈਗਾ ਉਸ ਤੋਂ ਬਾਅਦ ਜਿਵੇਂ ਥੋੜ੍ਹੀ ਦੇਰ ਜਿਵੇਂ ਕਹਿ ਲਓ ਕਿ ਉਸ ਚੀਜ਼ ਨੂੰ ਥੋੜ੍ਹਾ ਜਿਹਾ ਉਹੀ ਗੱਲ ਕਿ ਪੈਸ਼ਨ ਵਾਲੀ ਅਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਬ੍ਰੇਕ ਅਤੇ ਉਸ ਤੋਂ ਬਾਅਦ ਪਰ ਉਹਨਾਂ ਨੇ ਛੱਡਿਆ ਨਹੀਂ ਉਸ ਚੀਜ਼ ਨੂੰ ਛੱਡਿਆ ਨਹੀਂ ਉਹਨਾਂ ਨੇ ਕਿਤੇ ਨਾ ਕਿਤੇ ਹੁਣ ਵੀ ਪਿੱਛੇ ਜੇ ਉਹਨਾਂ ਦਾ ਕਿਸਾਨੀ ਸੰਘਰਸ਼ 'ਤੇ ਵੀ ਆਇਆ ਸੀਗਾ ਬਹੁਤ ਸੋਹਣਾ ਗੀਤ ਸੀਗਾ ਅਤੇ ਉਸ ਤੋਂ ਪਿਛਲੇ ਸਾਲ ਵੀ ਉਹਨਾਂ ਨੇ ਇੱਕ ਨੈਣ ਗੀਤ ਸੀਗਾ ਉਹ ਰਿਲੀਜ਼ ਕੀਤਾ ਸੀ ਹਰ ਸਾਲ ਇੱਕ ਗਾਣਾ ਜਿਹੜਾ ਉਹ ਰਿਲੀਜ਼ ਕਰਦੇ ਨੇ ਅਤੇ ਉਹ ਜਿਵੇਂ ਉਹਨਾਂ ਦੇ ਇੰਟਰਸਟ ਨਾਲ ਜੁੜੇ ਹੋਣ ਕਰਕੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਈਵਨ ਜਦੋਂ ਅਸੀਂ ਪਹਿਲੇ ਪ੍ਰੋਗਰਾਮ ਪਹਿਲੇ ਇੱਕ ਦੋ ਪ੍ਰੋਗਰਾਮ ਕਰਾਏ ਆ ਪਤਾ ਸੀ ਵੀ ਕਿੱਦਾਂ ਪਵਾਉਂਦੀ ਹੈ ਹਾਂਜੀ ਪਤਾ ਸੀ ਕਿਉਂਕਿ ਉਹ ਖੁਦ ਰੇਡੀਓ ਅਨਾਊਂਸਰ ਸੀਗੇ ਉਦੋਂ ਉਸ ਟਾਈਮ ਜਿਵੇਂ ਲਿਟਰੇਚਰ ਨਾਲ ਜੁੜੇ ਹੋਣ ਕਰਕੇ ਜਿਹੜਾ ਉਹ ਚੀਜ਼ਾਂ ਜਦੋਂ ਇੰਟਰਸਟ ਮਿਲਦੇ ਹੋਣ ਨਾ ਥੋੜ੍ਹਾ ਜਿਹਾ ਤਾਂ ਉਹ ਸੌਖਾ ਹੋ ਜਾਂਦਾ ਜ਼ਿੰਦਗੀ ਜੇ ਇੰਟਰਸਟ ਮਿਲਦੇ ਹੋਣ ਤਾਂ ਸੌਖਾ ਹੋ ਜਾਂਦਾ ਅਤੇ ਨਰਿੰਦਰ ਗਿੱਲ ਦਾ ਵੀ ਹਰਜੀਤ ਗਿੱਲ ਹੋਣਾ ਦੇ ਨਾਲ ਸੌਖਾ ਹੋ ਗਿਆ ਆਪਣੀਆਂ ਬਾਕੀ ਨੌਕਰੀਆਂ ਨੌਕਰੀਆਂ ਅਤੇ ਬੱਚਿਆਂ ਦੀ ਸਾਂਭ ਸੰਭਾਲ ਤੋਂ ਗਿੱਧੇ ਦੀ ਬੀਜ ਜਿਹੜਾ ਸੁੱਕੇ ਵੀ ਬੀਜਿਆ ਇਸ ਕੈਲਗਰੀ ਦੇ ਇੱਥੇ ਗੁਰਚਰਨ ਜੀ ਮੈਂ ਇੱਕ ਜ਼ਰੂਰ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਗਿੱਧੇ ਦਾ ਕੈਲਗਰੀ ਦੇ ਵਿੱਚ ਮੈਨੂੰ ਕਿੱਦਾਂ ਸ਼ੌਂਕ ਲੱਗਿਆ ਹੈ ਨਾ ਕਿਉਂਕਿ ਉਹ ਸੋਚਿਆ ਨਹੀਂ ਸੀਗਾ ਕਿ ਇੰਨਾ ਆਪਾਂ ਸਕੂਲੀ ਪੱਧਰ ਤੱਕ ਲੈ ਕੇ ਜਾਵਾਂਗੇ ਗਿੱਧੇ ਨੂੰ ਰਾਈਟ ਅਤੇ ਮੈਂ ਤਾਂ ਜਦੋਂ ਨਵੀਂ ਨਵੀਂ ਆਈ ਸੀਗੀ ਅਤੇ ਮੈਂ ਬਹੁਤ ਜ਼ਿਆਦਾ ਬਾਹਰ ਵੀ ਨਹੀਂ ਨਿਕਲਦੀ ਸੀਗੀ ਬਹੁਤ ਜ਼ਿਆਦਾ ਕੋਈ ਤੀਆਂ ਦੇ ਫੰਕਸ਼ਨ ਜਾਂ ਕੋਈ ਵੀ ਜਿਹੜੇ ਹੁੰਦੇ ਆ ਉਹ ਦੇਖੇ ਇੱਕ ਮੈਂ ਦੇਖਿਆ ਸੀ ਓਪਨ ਦੇ ਵਿੱਚ ਤੀਆਂ ਦਾ ਅਤੇ ਵਧੀਆ ਸੀ ਫੰਕਸ਼ਨ ਪਰ ਮੇਰੇ ਮਨ 'ਚ ਰੀਝ ਕੁਛ ਡਿਫਰੈਂਟ ਸੀਗੀ ਕਿ ਜੇ ਮੈਂ ਕਰਾਂ ਤਾਂ ਮੈਂ ਇਹਨੂੰ ਇੱਦਾਂ ਕਰਾਂ ਰਾਈਟ ਮੈਨੂੰ ਇਸ ਤਰੀਕੇ ਦੇ ਨਾਲ ਕਰਾਂ ਉਹ ਵੀ ਸੋਹਣਾ ਸੀ ਪ੍ਰੋਗਰਾਮ ਪਰ ਜਿਵੇਂ ਆਪਣੇ ਮਨ 'ਚ ਜਿਹੜਾ ਸੀਗਾ ਉਹ ਬਹੁਤ ਹੀ ਡਿਫਰੈਂਟ ਕੰਸੈਪਟ ਸੀਗਾ ਕਰਨ ਦਾ ਅਤੇ ਜਦੋਂ ਮੈਂ ਇੱਕ ਦਿਨ ਘਰ ਆਈ ਅਤੇ ਅਸੀਂ ਕਿਸੇ ਘਰ ਗਏ ਹੈ ਨਾ ਇੱਕ ਵਾਰੀ ਨਹੀਂ ਬਹੁਤ ਦੋ ਤਿੰਨ ਵਾਰੀ ਮੈਨੂੰ ਇੱਦਾਂ ਦੇ ਜਿਵੇਂ ਮੌਕੇ ਮਿਲੇ ਜਿੱਥੇ ਮੈਂ ਛੋਟੇ ਛੋਟੇ ਬੱਚਿਆਂ ਨਾਲ ਗੱਲ ਕੀਤੀ ਖਾਸ ਕਰਕੇ ਕੁੜੀਆਂ ਦੇ ਨਾਲ ਅਤੇ ਹੁਣ ਮੈਂ ਨਹੀਂ ਕਹਿੰਦੀ ਕਿ ਭੰਗੜਾ ਜਿਹੜਾ ਵਾ ਉਹ ਸਿਰਫ ਮੁੰਡਿਆਂ ਦਾ ਹੀ ਨਾਚ ਹੈ ਅੱਜ ਕੱਲ੍ਹ ਜਿਹੜਾ ਭੰਗੜਾ ਵਾ ਉਹ ਕੁੜੀਆਂ ਦਾ ਵੀ ਨਾਚ ਹੈ ਕੁੜੀਆਂ ਵੀ ਬੜੇ ਕੁੜੀਆਂ ਮੁੰਡਿਆਂ ਤੋਂ ਵੀ ਵੱਧ ਵੱਡੇ ਵੱਡੇ ਜੰਪ ਮਾਰ ਮਾਰ ਕੇ ਪਾਉਂਦੀਆਂ ਭੰਗੜਾ ਹੈ ਨਾ ਪਰ ਜਿਹੜਾ ਗਿੱਧਾ ਸੀਗਾ ਉਹਦੀ ਮੇਰੇ ਮਨ 'ਚ ਸੀਗਾ ਕਿ ਇੱਕ ਜਿਹੜਾ ਗਿੱਧਾ ਉਹਨੂੰ ਸੋਹਣੇ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਜੈਂਟ ਕੀਤਾ ਜਾਵੇ ਅਤੇ ਮੈਂ ਦੋ ਤਿੰਨ ਬੱਚਿਆਂ ਨੂੰ ਪੁੱਛਿਆ ਵੀ ਜਿਵੇਂ ਆਪਣੇ ਕਲੋਜ਼ ਫੈਮਿਲੀ ਫਰੈਂਡਸ ਦੇ ਵਿੱਚ ਅਤੇ ਬੱਚੇ ਡਾਂਸ ਆਉਂਦਾ ਮੈਨੂੰ ਭੰਗੜਾ ਆਉਂਦਾ ਭੰਗੜਾ ਆਉਂਦਾ ਮੈਂ ਕਿਹਾ ਗਿੱਧਾ ਆਉਂਦਾ ਗਿੱਧਾ ਕੀ ਹੁੰਦਾ ਗਿੱਧਾ ਕੀ ਹੁੰਦਾ ਹਾਂ ਗਿੱਧਾ ਕੀ ਹੁੰਦਾ ਅਤੇ ਉੱਥੋਂ ਮੈਨੂੰ ਲੱਗਿਆ ਕਿ ਨਹੀਂ ਗਿੱਧਾ ਆਉਣਾ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਕਿ ਜੇ ਮੇਰੇ 'ਚ ਪਰਮਾਤਮਾ ਨੇ ਇਹ ਟੈਲੈਂਟ ਦਿੱਤਾ ਹੈ ਅਤੇ ਮੈਂ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਹੈਗੀ ਹੈ ਮੇਰੇ ਕੋਲ ਮੈਂ ਪਹਿਲਾਂ ਵੀ ਟੀਮਾਂ ਟ੍ਰੇਨਡ ਕਰਦੀ ਰਹੀ ਹਾਂ ਅਤੇ ਕਿਉਂ ਨਾ ਮੈਂ ਇਸ ਚੀਜ਼ ਨੂੰ ਥੋੜ੍ਹਾ ਥੋੜ੍ਹਾ ਕਰਕੇ ਸ਼ੁਰੂ ਕਰਾਂ ਕਦੇ ਇਹ ਨਹੀਂ ਸੋਚਿਆ ਸੀਗਾ ਕਿ ਪ੍ਰੋਫੈਸ਼ਨਲੀ ਸਕੂਲ ਦੇ ਤੌਰ 'ਤੇ ਉਹਨੂੰ ਪ੍ਰਜੈਂਟ ਕਰਨਾ ਹੈਗਾ ਅਤੇ ਮੇਰੇ ਯਾਦ ਹੈ ਮੈਂ ਬੇਸਮੈਂਟ 'ਚ ਸੀਗੀ ਅਤੇ ਮੇ ਬੀ ਜੇ ਉਹ ਭੈਣ ਜੀ ਵੀ ਮੇਰਾ ਪ੍ਰੋਗਰਾਮ ਸੁਣਦੇ ਹੋਣਗੇ ਆ ਵਾਲਾ ਅਤੇ ਉੱਥੇ ਉਹਨਾਂ ਦੀਆਂ ਬੇਟੀਆਂ ਹੁੰਦੀਆਂ ਸੀ ਹੁਣ ਉਹ ਪਿੱਛੇ ਜੇ ਮੇਰੇ ਕੋਲ ਲੱਗੀਆਂ ਰਹੀਆਂ ਨੇ ਦੋ ਸਾਲ ਗਿੱਧੇ 'ਚ ਸਿੱਖਣ ਵਾਸਤੇ ਉਹ ਛੋਟੀ ਛੋਟੀਆਂ ਹੁੰਦੀਆਂ ਸੀ ਤਾਂ ਉਹਨਾਂ ਨੇ ਥੱਲੇ ਆਉਣਾ
ਤੇ ਮੈਂ ਉਹਨਾਂ ਨੂੰ ਸਿਖਾਉਣ ਲੱਗ ਜਾਣਾ ਗਿੱਧਾ। ਮੈਂ ਉਹਨਾਂ ਨੂੰ ਪੁੱਛਣਾ ਤੁਹਾਨੂੰ ਗਿੱਧਾ ਆਉਂਦਾ, ਉਹਨਾਂ ਨੇ ਕਹਿਣਾ ਨਹੀਂ ਆਂਟੀ ਗਿੱਧਾ ਕੀ ਹੁੰਦਾ, ਫਿਰ ਮੈਂ ਉਹਨਾਂ ਨੂੰ ਪਹਿਲਾਂ ਦੱਸਣਾ ਕਿ ਗਿੱਧਾ ਆ ਹੁੰਦਾ, ਕਿਉਂਕਿ ਉਹ ਪੰਜਾਬੀ ਬੋਲੀਆਂ ਸਮਝਾਣੀਆਂ ਵੀ ਆ ਗਿੱਧਾ ਹੁੰਦਾ। ਤੇ ਮੈਂ ਨਾ ਕਦੇ ਦੇਖਿਆ ਵੀ ਨਹੀਂ ਸੀਗਾ, ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਪਹਿਲਾਂ ਕਿਤੇ ਛੋਟੀ ਛੋਟੀਆਂ ਬੱਚੀਆਂ ਦਾ ਕੋਈ ਗਿੱਧਾ ਹੋਇਆ ਕਿ ਨਹੀਂ ਹੋਇਆ, ਪਰ ਹਾਂਜੀ ਕਿਉਂਕਿ ਤੁਹਾਨੂੰ ਜ਼ਿਆਦਾ ਤਜਰਬਾ ਇਸ ਚੀਜ਼ ਦਾ। ਤੇ ਮੇਰੇ ਮਨ 'ਚ ਇਹ ਸੀਗਾ ਕਿ ਨਹੀਂ ਮੈਂ ਬੱਚਿਆਂ ਦਾ ਗਿੱਧਾ ਕਰਾਉਣਾ ਹੀ ਕਰਾਉਣਾ। ਤੇ ਫਿਰ ਜਦੋਂ ਅਸੀਂ ਸਕਾਈ ਵਿਊ ਵਾਲੇ ਘਰ 'ਚ ਮੂਵ ਹੋਏ, ਮੈਂ ਹਰਜੀਤ ਨਾਲ ਗੱਲ ਕੀਤੀ, ਮੇਰੀ ਇੱਕ ਹੋਰ ਫਰੈਂਡ ਸੀਗੀ ਉਹਦੇ ਨਾਲ ਵੀ ਅਸੀਂ ਗੱਲ ਕੀਤੀ, ਹਾਂਜੀ। ਤੇ ਉਹਨਾਂ ਨੂੰ ਮੈਂ ਕਿਹਾ ਮੈਂ ਹਰਜੀਤ ਮੈਨੂੰ ਮੈਂ ਗਿੱਧਾ ਸਿਖਾਉਣਾ ਚਾਹੁੰਦੀ ਹਾਂ ਬੱਚਿਆਂ ਨੂੰ, ਕਿ ਮੈਨੂੰ ਥੋੜ੍ਹਾ ਜਿਹਾ ਭਾਵੇਂ ਮੈਂ ਵਲੰਟੀਅਰ ਹੀ ਕਰਾਂ, ਮੈਂ ਕੁਛ ਵੀ ਕਰਾਂ। ਤੇ ਮੇਰੇ ਯਾਦ ਹੈ ਕਿ ਮੇਰੇ ਸਾਹਮਣੇ ਸਾਡੇ ਗਵਾਂਢੀ ਸੀਗੇ, ਤੇ ਮੇਰੀ ਫਰੈਂਡ ਦਾ ਨਾਂ ਰਿੰਪੀ ਆ, ਉਹ ਬਹੁਤ ਪਿਆਰੀ ਫਰੈਂਡ ਹੈ, ਤੇ ਉਹਦੀ ਬੇਟੀ ਜਿਵੇਂ ਤੰਨੂ ਤੇ ਸਿਮਰਨ ਛੋਟੀਆਂ ਛੋਟੀਆਂ, ਤੇ ਮੇਰੀ ਇੱਕ ਹੋਰ ਫਰੈਂਡ ਸੀ ਉਹਦੀ ਬੇਟੀ ਰਿਧਮ, ਉਹਦਾ ਨਾਮ ਵੀ ਰਿਧਮ ਸੀਗਾ, ਆਪ ਵੀ ਰਿਧਮ ਸੀਗੀ, ਇਹ ਨਾਜ਼। ਇਹ ਮੇਰੇ ਪਹਿਲੇ ਬੱਚੇ, ਇਹ ਮੇਰੇ ਬੜੇ ਪਹਿਲੇ ਬੱਚੇ ਸੀ, ਮੈਂ ਤਾਂ ਉਹਨਾਂ ਦਾ ਨਾਂ ਲੈ ਰਹੀ ਹਾਂ ਆਂਟੀ, ਕਿਉਂਕਿ ਉਹਨਾਂ ਨੂੰ ਗੁਰਚਰਨ ਜੀ ਉਹ ਜਿਹੜੇ ਬੱਚੇ ਸੀ ਨਾ ਉਹ ਘਰ ਦੇ ਬੱਚੇ ਸੀਗੇ ਜਿਵੇਂ ਫਰੈਂਡਸ ਦੇ, ਅਤੇ ਉਹਨਾਂ ਬੱਚਿਆਂ ਨੇ ਸ਼ੁਰੂਆਤ ਕੀਤੀ, ਪੰਜ ਬੱਚੇ ਸੀਗੇ ਅਤੇ ਪੰਜ ਬੱਚਿਆਂ ਨੇ ਅਸੀਂ ਸ਼ੁਰੂਆਤ ਕੀਤੀ, ਅਤੇ ਪੰਜਾਂ ਤੋਂ ਤੁਸੀਂ ਬਿਲੀਵ ਕਰਿਓ ਕਿ ਡੇਢ ਮਹੀਨੇ ਦੇ ਵਿੱਚ ਵਿੱਚ ਮੇਰੇ ਕੋਲ 35 ਸਟੂਡੈਂਟ ਸੀਗੇ। ਇਸ ਵੇਲੇ ਕਿੰਨੇ ਨੇ? 35। ਸੋ ਇਸ ਵੇਲੇ ਮੇਰੇ ਕੋਲ ਬਹੁਤ ਜ਼ਿਆਦਾ ਨਹੀਂ ਹੈ, ਜਦੋਂ ਅਸੀਂ ਕੋਵਿਡ ਤੋਂ ਪਹਿਲਾਂ ਛੱਡਿਆ ਸੀਗਾ, ਕਿਉਂਕਿ ਹੁਣ ਮੇਰਾ ਸਕੈਜੂਲ ਬਹੁਤ ਜ਼ਿਆਦਾ ਬਿਜ਼ੀ ਹੋਇਆ ਪਿਆ, ਅਤੇ ਜਦੋਂ ਅਸੀਂ ਕਾਲਜ ਕੋਵਿਡ ਤੋਂ ਪਹਿਲਾਂ ਸਕੂਲ ਜਿਹੜਾ ਸੀਗਾ ਬ੍ਰੇਕ ਲਿਆ ਸੀਗਾ, ਉਦੋਂ ਸਾਡੇ ਕੋਲ 250 ਸਟੂਡੈਂਟ ਸੀਗੇ। ਤੇ ਫਿਰ ਤੁਸੀਂ ਵੱਖਰਾ ਕੋਈ ਲਈ ਹੋਈ ਸੀ ਜਗ੍ਹਾ ਜਿੱਥੇ ਸਿਖਾਉਣੀ ਸੀ ਬੱਚਿਆਂ ਨੂੰ? ਹਾਂਜੀ, ਵੱਖਰੇ ਵੱਖਰੇ ਗਰੁੱਪ ਕਰਕੇ? ਬਿਲਕੁਲ ਜੀ, ਹਾਂਜੀ, ਜਿਵੇਂ ਅਸੀਂ ਲੀਜ਼ ਕੀਤੀ ਹੋਈ ਸੀ ਬਿਲਡਿੰਗ, ਜਿਵੇਂ 5 ਸਾਲ ਅਸੀਂ ਉੱਥੇ ਉਸ ਬਿਲਡਿੰਗ ਦੇ ਵਿੱਚ ਜਿਹੜਾ ਸਕੂਲ ਚਲਾਇਆ ਹੈਗਾ। ਹਾਂ, ਤੇ ਉਹ ਇਹਨਾਂ ਨੂੰ ਫਿਰ ਜਿਹੜੀਆਂ ਟੀਮਾਂ ਤੁਸੀਂ ਬਣਾਉਂਦੇ ਹੋ, ਇਹਨਾਂ ਦੀ ਪਰਫਾਰਮੈਂਸ ਕਿੱਥੇ ਕਰਾਉਂਦੇ ਆ? ਇਹਨਾਂ ਦੀ ਪਰਫਾਰਮੈਂਸ ਅਸੀਂ ਕੈਲਗਰੀ ਦੇ ਵਿੱਚ ਹੀ ਮੋਸਟਲੀ ਕਰਵਾਉਂਦੇ, ਜਿਵੇਂ ਆਪਣੇ ਵੱਲੋਂ ਪ੍ਰੋਗਰਾਮ ਜਿਹੜੇ ਆ ਉਹ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ, ਜਿਵੇਂ ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਜਿਹੜੇ ਆ ਮਾਵਾਂ ਠੰਡੀਆਂ ਛਾਵਾਂ ਰੀਸੈਂਟਲੀ ਹੋ ਕੇ ਹਟਿਆ, ਮਾਵਾਂ ਠੰਡੀਆਂ ਛਾਵਾਂ ਕਰਾਇਆ ਸੀ, ਇੰਨਾ ਖੂਬਸੂਰਤ ਪ੍ਰੋਗਰਾਮ ਸੀਗਾ ਮਾਵਾਂ ਠੰਡੀਆਂ ਛਾਵਾਂ, ਕਿ ਜਿਹਦੇ ਵਿੱਚ ਇਹਨਾਂ ਨੇ ਮਾਵਾਂ ਦੇ ਨਾਲ ਧੀਆਂ ਨੂੰ ਨਚਾਇਆ। ਬਿਲਕੁਲ ਜੀ, ਇੱਕ ਮੈਨੂੰ ਯਾਦ ਹੈ ਗਿੰਨੀ ਬਰਾੜ ਤੇ ਉਹਨਾਂ ਦੀ ਬੇਟੀ ਲੱਗਦਾ ਨਹੀਂ ਸੀ ਕਿ ਉਹ ਮਾਵਾਂ ਦੀ, ਮਾਵਾਂ ਦੀ ਉਹਨਾਂ ਦੇ ਗਿੱਧੇ ਦੇ ਸਟੈਪ ਸਟੈਪ ਕੀ ਬਾਤ ਹੈ, ਉਹ ਤੁਹਾਡੇ ਵੱਲੋਂ ਟ੍ਰੇਨ ਹੋਈਆਂ ਸੀ ਦੋਨੋਂ? ਨਹੀਂ, ਮੈਂ ਇਹ ਨਹੀਂ ਕਹੂੰਗੀ ਕਿ ਮੇਰੇ ਵੱਲੋਂ ਟ੍ਰੇਨ ਹੋਈਆਂ ਸੀਗੀਆਂ, ਉਹ ਕੁੜੀ 'ਚ ਆਪਣੇ 'ਚ ਹੀ ਬੜਾ ਟੈਲੈਂਟ ਹੈਗਾ। ਅੱਛਾ, ਜੀ ਹਾਂਜੀ ਹਾਂਜੀ, ਉਹਨਾਂ 'ਚ ਆਪਣਾ 'ਚ ਹੀ ਬਹੁਤ ਟੈਲੈਂਟ ਹੈਗਾ, ਅਤੇ ਮੈਂ ਕਹਿੰਦੀ ਹਾਂ ਉਹ ਪਰਮਾਤਮਾ ਕਈ ਵਾਰੀ ਤੁਹਾਨੂੰ ਟੈਲੈਂਟ ਦੇ ਕੇ ਤੋਰਦਾ ਹੈ ਨਾ ਉਸ ਚੀਜ਼ ਨੂੰ, ਕਿਤੇ ਕਿਤੇ ਆਪਾਂ ਪੋਲਿਸ਼ ਕਰਦੇ ਹਾਂ, ਕਿਤੇ ਕਿਤੇ ਆਪਾਂ ਨੂੰ ਗੋਡ ਗਿਫਟ। ਪਰ ਤੁਸੀਂ ਮੈਂ ਵੇਖਿਆ ਕਿ ਜਿਹੜਾ ਮਾਵਾਂ ਧੀਆਂ ਵਾਲਾ ਸੀ, ਜਿਵੇਂ ਉਹਦੇ ਵਿੱਚ ਤੁਸੀਂ ਛੋਟੀਆਂ ਛੋਟੀਆਂ ਬੱਚੀਆਂ ਤੋਂ ਲੈ ਕੇ ਅਤੇ ਵੱਡੇ ਜਿਹੜੀਆਂ ਵਾ ਲੇਡੀਜ਼, ਉਹਨਾਂ ਦਾ ਵੀ ਗਿੱਧਾ ਜਿਹੜਾ ਸੀ ਬੜਾ ਖੂਬਸੂਰਤ ਖੂਬਸੂਰਤ ਗਿੱਧਾ ਸੀ। ਹਾਂ, ਥੈਂਕ ਯੂ ਜੀ। ਅਤੇ ਉਸ ਤੋਂ ਬਾਅਦ ਜਿਵੇਂ ਆਪਾਂ ਜ਼ਿਕਰ ਕਰਦੇ ਹਾਂ ਪ੍ਰੋਗਰਾਮ ਰੌਣਕ ਤ੍ਰਿੰਜਣਾ ਦੀ, ਹਾਂ ਰਾਈਟ, ਸੋ ਇਸ ਵਾਰੀ ਅਸੀਂ ਇਸ ਸਾਲ ਫੇਰ ਕਰਵਾ ਰਹੇ ਹਾਂ 11 ਸਤੰਬਰ ਨੂੰ। ਹਾਂ, 11 ਸਤੰਬਰ ਨੂੰ ਕਰਵਾ ਰਹੇ? ਹਾਂਜੀ, 11 ਸਤੰਬਰ ਨੂੰ। ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਪਲੀਜ਼, ਜਿਵੇਂ ਹਰ ਸਾਲ ਤੁਸੀਂ ਹਰੇਕ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਦੇ ਹੋ ਅਤੇ ਵੱਧ ਚੜ੍ਹ ਕੇ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋ, ਅਤੇ ਇੱਥੇ ਵੀ ਆਂਟੀ ਜਿਹੜਾ ਰੌਣਕ ਤ੍ਰਿੰਜਣਾ ਹੈਗੀ, ਰੌਣਕ ਤ੍ਰਿੰਜਣਾ ਦੀ, ਇਹ ਮੈਂ ਤੁਹਾਡਾ ਇੱਕ ਵਾਰੀ ਪਹਿਲਾਂ ਵੀ ਇੱਕ ਪ੍ਰੋਗਰਾਮ ਦੇਖਿਆ ਸੀ, ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਰੌਣਕ ਤ੍ਰਿੰਜਣਾ ਦੀ ਆਂਟੀ? ਕਿਉਂਕਿ ਤ੍ਰਿੰਜਣ ਤੇ ਗਿੱਧਾ ਬੇਸ਼ੱਕ ਨਾਲੋਂ ਨਾਲ ਜੁੜੇ ਹੋਏ ਨੇ, ਬਟ ਤ੍ਰਿੰਜਣ ਥੋੜ੍ਹੀ ਜਿਹੀ ਡਿਫਰੈਂਟ ਚੀਜ਼ ਹੈ, ਤੇ ਗਿੱਧੇ ਜਿਹੜੇ ਗਿੱਧਾ ਡਿਫਰੈਂਟ, ਹਾਂ ਗਿੱਧਾ ਡਿਫਰੈਂਟ ਹੈ। ਇਹ ਰੌਣਕ ਤ੍ਰਿੰਜਣਾ ਦੀ ਕਦੋਂ ਕਦੇ ਕਰ ਰਹੇ ਹੋ? ਮੈਨੂੰ ਯਾਦ ਹੈ ਕਿ ਕਰੋਨਾ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਮੈਂ ਇੱਕ ਇਹ ਅਟੈਂਡ ਕੀਤਾ ਸੀ। ਗੁਰਚਰਨ ਜੀ, ਇਹ ਜਿਹੜਾ ਪ੍ਰੋਗਰਾਮ ਹੈ ਨਾ ਕਰੋਨਾ ਤੋਂ ਪਹਿਲਾਂ ਨਹੀਂ, ਇਹ ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਪਹਿਲਾ ਪ੍ਰੋਗਰਾਮ ਸੀ 2015 'ਚ ਕਰਾਇਆ ਸੀ, 2015 ਦੇ ਵਿੱਚ ਟੈਂਪਲ ਕਮਿਊਨਿਟੀ ਸੈਂਟਰ ਦੇ ਵਿੱਚ, ਉਸ ਤੋਂ ਬਾਅਦ ਅਟੈਂਡ ਕੀਤਾ ਸੀ। ਹਾਂਜੀ, ਉਸ ਤੋਂ ਬਾਅਦ ਜਿਹੜਾ ਸੈਕਿੰਡ ਪ੍ਰੋਗਰਾਮ ਸੀਗਾ ਉਹ ਅਸੀਂ ਕਰਵਾਇਆ ਸੀਗਾ ਅੰਪਾਇਰ ਬੈਂਕਟ ਹਾਲ ਦੇ ਵਿੱਚ, ਤੇ ਉਹ ਜਿਹੜਾ ਅੰਪਾਇਰ ਬੈਂਕਟ 'ਚ ਸੀਗਾ ਕਰੀਬ 800 ਲੇਡੀਜ਼ ਸੀਗੀਆਂ ਉੱਥੇ, ਲਾਈਕ ਟੋਟਲੀ ਸੋਲਡ ਆਊਟ ਰਹਿੰਦਾ ਹਮੇਸ਼ਾ ਆਪਣਾ ਪ੍ਰੋਗਰਾਮ। ਤੇ ਇਹ ਰੌਣਕ ਤ੍ਰਿੰਜਣਾ ਦੀ ਮੈਂ ਇਹਦਾ ਇਸ ਲਈ ਨਾਂ ਰੱਖਿਆ ਕਿ ਜਿਹੜਾ ਤ੍ਰਿੰਜਣ ਹੈ ਉਹਦੇ ਵਿੱਚ ਕਿਤੇ ਚਰਖਿਆਂ ਨੂੰ ਰੀਪ੍ਰਜੈਂਟ ਕਰਨਾ, ਚਰਖਿਆਂ ਦਾ ਕੰਪੀਟੀਸ਼ਨ ਕਰਾਉਣਾ ਸਾਡੇ ਇਸ ਤ੍ਰਿੰਜਣ ਦੇ ਪ੍ਰੋਗਰਾਮ ਦਾ, ਕਿਉਂਕਿ ਤ੍ਰਿੰਜਣ ਦਾ ਜਿਹੜਾ ਧੁਰਾ ਹੁੰਦਾ ਹੈ ਚਰਖਾ, ਚਰਖਾ ਚਰਖੇ ਦੇ, ਹਾਂਜੀ, ਉੱਥੇ ਹੀ ਕੱਤਦੀਆਂ ਤੇ ਚਰਖਾ ਮੈਂ ਆਪਣੇ ਪਿੰਡ ਤੋਂ ਆਪਦੀ ਮਾਂ ਤੋਂ ਲੈ ਕੇ ਆਈ ਹਾਂ। ਚਰਖਾ ਬੜਾ ਪਿਆਰਾ ਉਹਨਾਂ ਦੇ ਹੱਥਾਂ ਦਾ ਬਣਿਆ, ਮੇਰੀ ਨਾਨੀ ਦੇ ਹੱਥਾਂ ਦਾ ਬਣਿਆ ਹੋਊਗਾ ਆਈ ਗੈਸ। ਸਿਲੰਡਰ ਲੈ ਕੇ ਆਈ, ਕਿ ਜਦੋਂ ਤੁਸੀਂ ਰੌਣਕ ਤ੍ਰਿੰਜਣਾ ਦੀ ਕਰਾਉਂਦੇ ਤੇ ਉਹਦੇ 'ਚ ਹੋਰ ਬੜਾ ਕੁਝ ਸਟੇਜ ਦੇ ਪਿੱਛੇ ਰੱਖਿਆ ਹੁੰਦਾ। ਬਿਲਕੁਲ ਜੀ, ਹਾਂਜੀ, ਤੇ ਰੌਣਕ ਤ੍ਰਿੰਜਣਾ ਦੀ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਵੇਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਜਿਹੜਾ ਥੀਮ ਹੈ ਉਹਨੂੰ ਜ਼ਰੂਰ ਰੀਪ੍ਰਜੈਂਟ ਕੀਤਾ ਜਾਵੇ, ਹੁਣ ਪੂਰੀ ਤਰ੍ਹਾਂ ਤਾਂ ਨਹੀਂ ਕਰ ਸਕਦੇ ਆਪਾਂ, ਪਰ ਸਾਡੇ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ
ਹੁੰਦੀ ਆ ਉੱਥੇ ਮੇਰੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਚਰਖੇ ਦੀਆਂ ਸ਼ਕੀਨ ਕਿਹੜਾ ਕੋਈ ਥੀਮ ਯਾਦ ਹੈ ਕਿਹੜਾ ਰੱਖਿਆ ਸੀਗਾ ਪਿਛਲੇ ਸਾਲਾਂ 'ਚ ਤੇ ਹੁਣ ਕੀ ਰੱਖਿਆ ਜਿਵੇਂ ਥੀਮ ਜਿਹੜਾ ਸਾਡਾ ਰੌਣਕ ਤ੍ਰਿੰਜਣਾ ਦੀ ਹੀ ਹੁੰਦਾ ਤੇ ਉਹਦੇ 'ਚ ਜਿਹੜਾ ਸਾਡਾ ਮੇਨ ਫੰਕਸ਼ਨ ਹੁੰਦਾ ਉਹ ਹੁੰਦਾ ਜਿਵੇਂ ਚਰਖਾ ਕੱਤਣ ਦਾ ਕੰਪੀਟੀਸ਼ਨ ਹੋ ਗਿਆ ਲੰਬੀ ਗੁੱਤ ਦਾ ਕੰਪੀਟੀਸ਼ਨ ਹੋ ਗਿਆ ਲੰਬੀ ਹੇਕ ਵਾਲੇ ਗੀਤ ਜਿਹੜੇ ਚਰਖੇ ਤੇ ਗਾਉਂਦੇ ਸੀ ਆਪਾਂ ਉਹਨਾਂ ਦਾ ਕੰਪੀਟੀਸ਼ਨ ਹੋ ਗਿਆ ਉਸ ਤੋਂ ਇਲਾਵਾ ਜਿਵੇਂ ਜਿਹੜੀਆਂ ਯੰਗ ਜਨਰੇਸ਼ਨ ਹੈ ਜਾਂ ਲੇਡੀਜ਼ ਜਿਹੜੀਆਂ ਅੱਜ ਦੀਆਂ ਮਾਡਰਨ ਜਨਰੇਸ਼ਨ ਹੈ ਉਹਨੂੰ ਨਾਲ ਜੋੜਨ ਦੇ ਵਾਸਤੇ ਅਸੀਂ ਮੁਟਿਆਰ ਤ੍ਰਿੰਜਣਾ ਦੀ ਚੁਣਦੇ ਹਾਂ ਉਹਦੇ ਵਿੱਚ ਅਤੇ ਜਦੋਂ ਮੁਟਿਆਰ ਤ੍ਰਿੰਜਣਾ ਦੀ ਚੁਣਦੇ ਹਾਂ ਇੱਕ ਮੈਂ ਮੁਕਾਬਲਾ ਨਹੀਂ ਕਹੂੰਗੀ ਸਿਰਫ ਇੱਕ ਕਹੂੰਗੀ ਕਿ ਜਿਹੜੀਆਂ ਮੇਰੀਆਂ ਭੈਣਾਂ ਹਿੱਸਾ ਲੈਂਦੀਆਂ ਨੇ ਜਾਂ ਬੇਟੀਆਂ ਹਿੱਸਾ ਲੈਂਦੀਆਂ ਨੇ ਉਹਦੇ ਵਿੱਚ ਉਹ ਇੱਕ ਆਪਣੇ ਵਿਰਸੇ ਨੂੰ ਅੱਗੇ ਤੋਰਦੀਆਂ ਨੇ ਆਨੇ ਬਾਨੇ ਇਹਦੇ ਨਾਲ ਕੀ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦੇ ਮਨ ਚ ਚਾਅ ਹੁੰਦਾ ਵੀ ਇਹਦੇ ਆਪਣੇ ਸੱਭਿਆਚਾਰ ਦੇ ਨਾਲ ਬਿਲਕੁਲ ਜੀ ਹਾਂ ਸਾਨੂੰ ਭੁੱਲੇ ਨਾ ਕਿਉਂਕਿ ਇਹ ਠੀਕ ਹੈ ਜਿਵੇਂ ਹੁਣੇ ਅਸੀਂ ਗੱਲ ਕਰ ਰਹੇ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਨੇ ਬੋਲਣ ਲੱਗਿਆ ਥੋੜਾ ਜਿਹਾ ਐਕਸੈਂਟ ਡਿਫਰੈਂਟ ਹੁੰਦਾ ਪਰ ਜਦੋਂ ਉਹ ਮਟਿਆਰਾ ਹੋ ਜਾਂਦੀ ਉਦੋਂ ਉਹਨਾਂ ਦਾ ਐਕਸੈਂਟ ਵਧੀਆ ਰਹਿੰਦਾ ਬਹੁਤ ਸੋਹਣਾ ਜੀ ਜਿਹੜੀ ਸਾਡੀ ਪਿਛਲੇ 2018 ਦੇ ਵਿੱਚ ਨਹੀਂ 2019 'ਚ ਜਾਂ 18 ਦੇ ਵਿੱਚ ਸੋਰੀ ਮੈਨੂੰ ਡੇਟ ਚੰਗੀ ਤਰ੍ਹਾਂ ਯਾਦ ਨਹੀਂ ਆ ਰਹੀ ਹੈਗੀ 2018 ਦੇ ਵਿੱਚ ਜਿਹੜੀ ਕੁੜੀ ਵਿਨਰ ਸੀ ਉਹ ਇੱਧਰ ਦੀ ਬੋਰਨ ਸੀਗੀ ਕੁੜੀ ਅਤੇ ਕੋਈ ਇਹ ਜ਼ਰੂਰੀ ਨਹੀਂ ਹੈ ਕਿ ਮਤਲਬ ਆਪਾਂ ਜਿਹੜੇ ਇੱਧਰ ਦੇ ਬੋਰਨ ਬੱਚੇ ਬਹੁਤ ਪੇਰੈਂਟਸ ਨੇ ਬੜੀ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਦੇ ਆ ਸਾਰੇ ਪੇਰੈਂਟਸ ਬੱਚੇ ਜਦੋਂ ਛੱਡ ਕੇ ਆਉਂਦੇ ਆ ਲੈ ਕੇ ਆਉਂਦੇ ਆ ਅਤੇ ਪੂਰਾ ਜ਼ੋਰ ਲਾਉਂਦੇ ਆ ਕਿ ਬੱਚੇ ਤੁਸੀਂ ਮੁਟਿਆਰ ਤ੍ਰਿੰਜਣਾ ਦੀ ਚੁਣਦੇ ਹੋ ਉਹਦੀ ਵੀ ਤਿਆਰੀ ਪਹਿਲਾਂ ਕਰਾਉਂਦੇ ਹੋ ਕਿ ਉਹ ਐਂਜੀ ਹੁੰਦਾ ਕੈਜੂਅਲੀ ਜਿਹੜੀ ਆ ਗਈ ਖੜੀ ਹੋ ਗਈ ਨਹੀਂ ਇਹਦੇ 'ਚ ਜਿਵੇਂ ਦੋ ਅਸੀਂ ਸੈਗਮੈਂਟ ਰੱਖਦੇ ਹੁੰਦੇ ਹਾਂ ਇੱਕ ਹੁੰਦੀ ਹੈ ਸੁਗੜ ਸਿਆਣੀ ਪੰਜਾਬਣ ਅਤੇ ਇੱਕ ਹੁੰਦੀ ਹੈ ਮੁਟਿਆਰ ਤ੍ਰਿੰਜਣਾ ਦੀ ਅੱਛਾ ਜਿਹੜੀ ਮੁਟਿਆਰ ਤ੍ਰਿੰਜਣਾ ਦੀ ਹੈ ਉਹਦੇ ਲਈ ਤਿਆਰੀ ਕਰਵਾਈ ਜਾਂਦੀ ਹੈ ਗੁਰਚਰਨ ਜੀ ਅੱਛਾ ਉਹਦਾ ਵੀ ਮੈਨੂੰ ਹੁੰਦਾ ਕਿ ਉਹਨੂੰ ਥੋੜ੍ਹੀ ਇੱਕ ਸਟੇਜੀ ਰੰਗਤ ਜਿਹੜੀ ਹੈ ਉਹ ਦਿੱਤੀ ਜਾਵੇ ਤਾਂ ਉਹਨੂੰ ਔਰਗੇਨਾਈਜ਼ ਤਰੀਕੇ ਦੇ ਨਾਲ ਜਿਹੜਾ ਹੈ ਪੇਸ਼ ਕੀਤਾ ਜਾਵੇ ਤਾਂ ਕਿ ਟਾਈਮ ਦੀ ਬੱਚਤ ਵੀ ਹੋ ਜਾਵੇ ਸਟੇਜ ਦੇ ਉੱਪਰ ਅਤੇ ਉਸ ਤੋਂ ਬਾਅਦ ਜਿਹੜੀ ਜਿਹੜਾ ਨੈਕਸਟ ਟਾਈਟਲ ਹੁੰਦਾ ਸਾਡਾ ਸੁਗੜ ਸਿਆਣੀ ਪੰਜਾਬਣ ਦਾ ਉਹ ਓਪਨ ਹੈ ਉਹਦੇ 'ਚ ਮੇਰੀ ਕੋਈ ਵੀ ਭੈਣ ਜਿਹੜੀ ਹੈ ਉਹ ਹਿੱਸਾ ਲੈ ਸਕਦੀ ਹੈ ਉਸ 'ਚ ਮਿਲਦਾ ਕੋਈ ਸਵਾਲ ਵਗੈਰਾ ਪੁੱਛਦੇ ਹੋ ਹਾਂਜੀ ਉਹਦੇ 'ਚ ਜਿਵੇਂ ਅਸੀਂ ਹੁਣ ਮੈਂ ਇੱਥੇ ਦੱਸ ਨਹੀਂ ਸਕਦੀ ਕਿਉਂਕਿ ਸੁਗੜ ਸਿਆਣੀ ਪੰਜਾਬਣ ਜਿਹੜੀ ਉਹਨੂੰ ਸਾਰਾ ਕੁਛ ਹੀ ਪਤਾ ਹੋਣਾ ਚਾਹੀਦਾ ਰਾਈਟ ਉਹਦੀ ਦਿੱਖ ਵੀ ਸੋਹਣੀ ਹੋਣੀ ਚਾਹੀਦੀ ਹੈ ਉਹਦੀ ਪਹਿਰਾਵਾ ਉਹਦੀ ਹਰੇਕ ਚੀਜ਼ ਰਾਈਟ ਉਹਦਾ ਉਹਨੂੰ ਕਿੰਨੀ ਨੌਲੇਜ ਹੈ ਵਿਰਸੇ ਦੀ ਰਾਈਟ ਉਹਨੂੰ ਗਿੱਧੇ ਬਾਰੇ ਨੌਲੇਜ ਹੈਗੀ ਹੈ ਸੋ ਬੋਲੀ ਆਉਂਦੀ ਹੈ ਇਕੱਲੀ ਬੋਲੀ ਨਹੀਂ ਮੰਨ ਲਓ ਉਹਨੂੰ ਜਿਵੇਂ ਇਕੱਲਾ ਮੈਂ ਨਹੀਂ ਕਹੂੰਗੀ ਕਿ ਇਕੱਲਾ ਗਿੱਧਾ ਅਤੇ ਬੋਲੀਆਂ ਵੀ ਉਹਨੂੰ ਸਿੱਖ ਧਰਮ ਦੇ ਨਾਲ ਜਾਂ ਸਿੱਖ ਕਲਚਰ ਦੇ ਨਾਲ ਉਹਨੂੰ ਕੀ ਨੌਲੇਜ ਹੈਗੀ ਹੈ ਪੰਜਾਬੀ ਕਲਚਰ ਦੇ ਨਾਲ ਹਾਂਜੀ ਸੋ ਬੜੀ ਬੜੀ ਖੂਬਸੂਰਤ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਹੈ ਅਤੇ ਮੈਨੂੰ ਲੱਗਦਾ ਕਿ ਜਿਹੜਾ ਹੁਣੇ ਆਪਾਂ ਗੱਲ ਕਰ ਰਹੇ ਸੀ ਰੌਣਕ ਤ੍ਰਿੰਜਣਾ ਦੀ ਤੁਹਾਡਾ ਸਤੰਬਰ ਦੇ ਵਿੱਚ ਪ੍ਰੋਗਰਾਮ ਆ ਰਿਹਾ ਜਰਾ ਉਹਦੇ ਬਾਰੇ ਜਾਣਕਾਰੀ ਪਾ ਦਿਓ ਕਿ ਕੁਝ ਉਹਦੇ 'ਚ ਵੀ ਇੰਝ ਦਾ ਹੀ ਕੰਪਟੀਸ਼ਨਸ ਨੇ ਕਿਉਂਕਿ ਟਾਈਮ ਬਿਲਕੁਲ ਭੱਜ ਰਿਹਾ ਅਤੇ ਆਪਾਂ 2 ਕੁ ਮਿੰਟਾਂ ਦੇ ਵਿੱਚ ਇਹਨੂੰ ਸਮੇਟ ਦੇਣਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਜੀ ਸੋ ਜਿਹੜਾ ਇਹ ਪ੍ਰੋਗਰਾਮ ਹੈ 11 ਸਤੰਬਰ ਨੂੰ ਫਾਲਕਨ ਰਿਜ ਕਮਿਊਨਿਟੀ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈਗਾ ਦਿਨ ਐਤਵਾਰ ਨੂੰ ਅਤੇ ਇਹ ਪ੍ਰੋਗਰਾਮ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਵੇਂ ਆਪਾਂ ਪਿਛਲੇ ਸਾਲਾਂ 'ਚ ਕਰਾਉਂਦੇ ਸੀ ਕੋਵਿਡ ਕਰਕੇ ਪਿਛਲੇ 2 ਸਾਲ ਨਹੀਂ ਹੋਇਆ ਹੈਗਾ ਇਹ ਪ੍ਰੋਗਰਾਮ ਅਤੇ ਇਸ ਸਾਲ ਇਹ ਪ੍ਰੋਗਰਾਮ ਜਿਹੜਾ ਉਹ ਦੁਬਾਰਾ ਅਸੀਂ ਕਰਾਉਣ ਜਾ ਰਹੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਜਿਵੇਂ ਮੈਂ ਦੱਸਿਆ ਕਿ 2 ਟਾਈਟਲ ਜਿਹੜੇ ਉਹ ਮੇਨ ਚੁਣੇ ਜਾਂਦੇ ਆ ਰੌਣਕ ਤ੍ਰਿੰਜਣਾ ਦੀ ਮੁਟਿਆਰ ਰੌਣਕ ਤ੍ਰਿੰਜਣਾ ਦੀ ਅਤੇ ਸੁਗੜ ਸਿਆਣੀ ਪੰਜਾਬਣ ਸੋ ਉਹਦੇ 'ਚ ਜੇ ਮੇਰੀਆਂ ਭੈਣਾਂ ਹਿੱਸਾ ਲੈਣਾ ਚਾਹੁੰਦੀਆਂ ਨੇ ਤਾਂ ਉਹ ਪਲੀਜ਼ ਮੇਰੇ ਆਪਣੇ ਜਿਹੜੇ ਨਾਮ ਨੇ ਉਹ ਮੇਰੇ ਤੱਕ ਪਹੁੰਚਾ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਸੋਹਣੇ ਤਰੀਕੇ ਨਾਲ ਸਜਾ ਕੇ ਸਟੇਜ 'ਤੇ ਜਿਹੜਾ ਹੈ ਉਹ ਪੇਸ਼ ਕਰੀਏ ਅਤੇ ਸਟੇਜ 'ਤੇ ਲੈ ਕੇ ਜਾਈਏ ਉਸ ਤਰੀਕੇ ਨਰਿੰਦਰ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਕਿ ਜੇਕਰ ਕੋਈ ਸੁਗੜ ਪੰਜਾਬਣ ਦੇ ਵਿੱਚ ਜਾਂ ਜਿਹੜੀ ਮਟਿਆਰ ਤ੍ਰਿੰਜਣਾ ਦੀ ਜੀ ਉਹਦੇ ਵਾਸਤੇ ਕੋਈ ਪਾਰਟੀਸਪੇਟ ਕਰਨਾ ਚਾਹੁੰਦਾ ਤਾਂ ਤੁਹਾਨੂੰ ਕਿਹੜੇ ਨੰਬਰ 'ਤੇ ਕੰਟੈਕਟ ਕਰ ਬਿਲਕੁਲ ਜੀ ਮੇਰਾ ਨੰਬਰ ਹੈਗਾ 4038914031 ਅਤੇ ਨਾਮ ਮੈਂ ਆਪਣਾ ਫਿਰ ਇੱਕ ਵਾਰੀ ਦੱਸ ਦਿੰਦੀ ਹਾਂ ਨਰਿੰਦਰ ਗਿੱਲ ਸੋ ਮੈਨੂੰ ਪਤਾ ਮੇਰੀਆਂ ਭੈਣਾਂ ਬਹੁਤ ਪਿਆਰ ਕਰਦੀਆਂ ਨੇ ਅਤੇ ਨਰਿੰਦਰ ਦੇ ਪ੍ਰੋਗਰਾਮ ਦੇ ਵਿੱਚ ਕੀ ਹੁੰਦੀ ਹੈ ਨਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਤੇੜ ਮਾਰਿਆ ਭੁੱਲਿਆ ਨਹੀਂ ਪੈਂਦਾ ਬਹੁਤ ਬਹੁਤ ਸ਼ੁਕਰੀਆ ਜੀ ਸਹੀ ਹੈ ਅਤੇ ਤੁਸੀਂ ਟਿਕਟ ਕਿੰਨੇ ਦੀ ਦਿੰਦੇ ਹੋ ਇਹਦੀ ਕਿੰਨੇ ਦੀ ਹੁੰਦੀ ਹੈ ਪ੍ਰੋਗਰਾਮ ਦੀ ਟਿਕਟ ਜਿਹੜੀ ਹੈ ਉਹ $20 ਦੀ ਹੈ ਸੋ ਇਹ ਪ੍ਰੋਗਰਾਮ ਟਿਕਟਡ ਸ਼ੋਅ ਹੁੰਦਾ ਕਿਉਂਕਿ ਇਹਦੇ ਵਿੱਚ ਸਾਡੇ ਬਹੁਤ ਸਾਰੇ ਖਰਚੇ ਹੁੰਦੇ ਜਿਹੜੇ ਅਸੀਂ ਪੂਰੇ ਕਰਨੇ ਹੁੰਦੇ ਆ ਅਤੇ
सारा कुछ अरेंज करना, फिर मेरिया भैन अजकल साड़ी जनरेशन है, असं डीजे तो डीजे पर भी साढ़े उही गीत ही चलते हैं जोड़े असी कल्चर न रिलेटड होंगे तो वो जी धमाल है वह भी पानी होंगी है तो वह फ्रेंड तो मेरिया भैनों सारियां सद्दा दिता जाता है कि वो आके अपने जो हाव भाव जोड़े वो त्रिंजन के बहाने नचन के बहाने जो है प्रोग्राम कि जिम्मे खुले सारे मैदान धियां वागू लगे बिल्कुल बड़ा वैल ऑर्गेनाइज इंद्रिंदर होस्ट बनती है तो इन्नी सोहनी होस्टिंग भी कर थैंक यू मौका लगे जरूर देखियो सुरेंद्र बहुत बहुत तेरा शुक्रिया बच्चे तुम साढ़े नाल प्रोग्राम गलबात शामिल होए तो इनिया सोहनिया खूबसूरत गल्ला साढ़े सभ्याचार के नाल जुड़िया हुई की बहुत बहुत धन्यवाद बहुत बहुत शुक्रिया गुरचरण जी तुसी सानू मौका दिता है गलबात दे राही असीं अपने दिल दे जिहड़े हाव भाव ने ते गिद्धे गिद्धा जो कि साडा इक धुरा है पंजाबी लोक नाच दा उहदे बारे सानू गल करन दा अपने दर्शकां दे नाल मौका मिलिया बहुत बहुत शुक्रिया जी इह सी साडे नाल नरेंद्र गिल जिहड़े कि कैलगरी दे विच गिद्धा तैयार करवाउंदे ने गिद्धे दीआं टीमां तैयार करवाउंदे ने निरा इन्ना ही नहीं साडे सभ्याचार नाल संबंधित प्रोग्राम बहुत खूबसूरत जिहड़ा है रौनक त्रिंजणा दी उदन वाकई रौनक हो जाती है तो पुराना सभ्याचार चेते आ जाता है जो साड़िया मावं चरखा कत्तियां वेलने वेलदियाँ जो यहोजे काम कर दियाँ सी सो मैं उम्मीद है कि थोड़ा मुलाकात पसंद आई होएगी सो इस तरह ही अगली बारी फिर मिलेंगे किसी होर वधिया शख्सियत के नाल मुलाकात थोड़ी करावे प्रोग्राम गलबात सो लें छुट्टी सारे प्यार भरी सत श्रीकाल नमस्कार आदाब देखते रहो पंजाबी नैशनल टीवी उम्मीद थोड़ी तो कोशिश सारी।